ਵਾਹਿਗੁਰੂ 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 ਗੁਰੂ ਵਾਹਿਗੁਰੂ 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 ਭੈਣੋ ਬੋਲੋ ਉੱਚੀ ਉੱਚੀ ਬੋਲੋ ਵਾਹਿਗੁਰੂ 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 ਜੀ ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਨਿਰਮਲ ਬਾਣੀ ਦੇ ਸ਼ਬਦ ਭਾਈ ਸਾਹਿਬ ਕੋਲੋਂ ਸਰਵਣ ਕੀਤੇ। ਜਿਹੜੀਆਂ ਜਿਹੜੀਆਂ ਗੁਰਮੁਖ ਰੂਹਾਂ ਇੱਥੇ ਬੈਠੀਆਂ ਸੀ, ਜਿਨ੍ਹਾਂ ਨੇ ਮਨ ਟਿਕਾਇਆ ਸੀ, ਐਸੀ ਪ੍ਰੀਤ ਕਰੋ ਮਨ ਮੇਰੇ। ਕੋਸ਼ਿਸ਼ ਕਰੋ ਥੋੜ੍ਹੀ ਜਿਹੀ ਮਨ ਨੂੰ ਟਿਕਾਉਣ ਦੀ। ਮੇਰਿਆ ਮਨਾ ਇਹੋ ਜਿਹੀ ਪ੍ਰੀਤੀ ਕਰ ਰੱਬ ਨਾਲ, ਅੱਖ ਵਾਹਿਗੁਰੂ ਐਸੀ ਪ੍ਰੀਤ ਕਰੋ ਮਨ ਮੇਰੇ। ਪਕੜ ਚ ਆ ਗਿਆ ਰੱਬ ਨਾਲ ਪਿਆਰ। ਇਹ ਨਹੀਂ ਵੀ ਤੂੰ ਠੰਡੇ ਪਾਣੀ ਚ ਬਹਿ, ਅੱਖ ਵਾਹਿਗੁਰੂ ਰੱਬ ਨਾਲ ਪਿਆਰ ਨਹੀਂ ਵੀ ਤੂੰ ਤਪਦੀਆਂ ਭੱਠੀਆਂ ਦੇ ਵਿੱਚ ਬਹਿ, ਐਸਾ ਨਹੀਂ।
ਆਠ ਪੈਰ ਪ੍ਰਭ ਜਾਣੋ ਆਪ ਹੀ ਦਿੱਤੀ ਆ। ਐਸੀ ਮਤਲਬ ਕੈਸੀ, ਕੈਸੀ ਤੋਂ ਐਸੀ ਦਾ ਇੱਕ ਓਪੋਜਿਟ ਸ਼ਬਦ ਹੈ ਕੈਸੀ। ਜੇ ਕੋਈ ਕਵੇ ਕੋਈ ਇਹੋ ਜਿਹੀ ਚੀਜ਼ ਵੇਖੀ ਤੇ ਆਪਾਂ ਕੀ ਕਹਿੰਦੇ ਕਿਹੋ ਜਿਹੀ। ਜਦੋਂ ਸਰਕਾਰ ਨੇ ਕਿਹਾ ਇਤਰਾਂ ਦੀ ਪ੍ਰੀਤੀ ਕਰ ਤੇ ਅੱਗੋਂ ਜਵਾਬ ਦਿੱਤਾ ਚੰਗੀਆਂ ਚੰਗੀਆਂ ਭੇਟਾਂ ਰੱਬ ਕੋਲ ਲੈ ਕੇ ਆਉਣੀਆਂ, ਪ੍ਰੀਤੀ ਨਹੀਂ ਕੋਈ ਵੀ ਲਿਆ ਸਕਦਾ ਹੈ। ਅੱਖ ਵਾਹਿਗੁਰੂ ਗੱਜ ਕੇ ਬੋਲੋ, ਚੰਗੀਆਂ ਚੰਗੀਆਂ ਭੇਟਾਂ ਕੋਈ ਵੀ ਲਿਆ ਸਕਦਾ ਹੈ। ਤੁਹਾਡੇ ਡਾਲਰਾਂ ਦੀ ਕੀਮਤ ਬੜੀ ਹੈ, ਪੰਜ ਦਸ ਡਾਲਰ ਇਕੱਠੇ ਕਰੋ, ਸੌ ਡਾਲਰ ਇਕੱਠਾ ਕਰੋ, ਚੰਗੀ ਤੋਂ ਚੰਗੀ ਚੀਜ਼ ਤੁਸੀਂ ਗੁਰੂ ਨੂੰ ਚੜਾ ਸਕਦੇ ਹੋ। ਮਗਰ ਮੇਰਾ ਗੁਰੂ ਕਹਿੰਦਾ ਨਹੀਂ ਇਸ ਤਰ੍ਹਾਂ ਦੀ ਪ੍ਰੀਤੀ ਨਾ ਕਰ, ਪਦਾਰਥਾਂ ਦਾ ਮੈਂ ਭੁੱਖਾ ਨਹੀਂ। ਅੱਖੋ ਵੇ ਗੁਰੂ ਤੂੰ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਅੱਠੇ ਪੈਰ ਮੈਨੂੰ ਚੇਤੇ ਕਰ, ਪਤਾ ਲੱਗਾ ਜੀ ਮੈਨੂੰ ਚੇਤੇ ਕਰ। ਆਠ ਪੈਰ ਪ੍ਰਭ ਜਾਣੋ ਬੋਲੋ, ਮੱਛੀ ਨੂੰ ਪੁੱਛ ਕਿਤਰਾ ਪ੍ਰੀਤੀ ਕਰੀਦੀ। ਜੇ ਪਿਆਰ ਕਰਨਾ ਹੈ ਤੇ ਮੱਛੀ ਨੂੰ ਪੁੱਛ, ਜੇ ਪਿਆਰ ਕਰਨਾ ਤੇ ਭੌਰੇ ਨੂੰ ਪੁੱਛ, ਜੇ ਪਿਆਰ ਕਰਨਾ ਤੇ ਹਰਨ ਨੂੰ ਪੁੱਛ। ਅੱਖ ਵਾਹਿਗੁਰੂ ਜਿਉ ਮੱਛਲੀ ਵਿਣ ਪਾਣੀਏ ਕਿਉਂ ਜੀਵਨ ਪਾਵੇ। ਵੇਖੋ ਕਿੰਨੇ ਸੋਹਣੇ ਅਲੰਕਾਰ ਨੇ, ਇਹ ਤੁਹਾਡੀ ਉਹ ਸਤਿਗੁਰੂ ਦਾ ਖਜ਼ਾਨਾ ਹੈ ਜਿਹਨੂੰ ਤੁਸੀਂ ਮੱਥਾ ਟੇਕ ਕੇ ਤੁਰ ਗਏ। ਇਸ ਤਰ੍ਹਾਂ ਹੀ ਆਏ ਮੱਥਾ ਟੇਕਿਆ ਪੇਟਾ ਰੱਖੀ ਤੇ ਚਲੇ ਗਏ। ਆ ਪਿਓ ਦਾਦੇ ਕਾ ਖੋਲ, ਖੋਲਣਾ ਖਜ਼ਾਨੇ ਨੂੰ, ਪੜ੍ਹਨਾ ਇਹਦੇ ਵਿੱਚ ਕੀ ਲਿਖਿਆ ਹੈ। ਜਿਉਂ ਮੱਛਲੀ ਵਿਣ ਪਾਣੀ ਹੈ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਕਿਉਂ ਜੀਵਨ ਪਾਵੇ ਬੋਲੋ, ਕਿਉਂ ਮਤਲਬ ਕਿਤਰਾਂ ਜਿਉਂਦੀ ਰਹਿ ਸਕਦੀ। ਜਰਾ ਕੁ ਬਾਹਰ ਕੱਢ ਦੇ ਪਾਣੀ ਦੇ ਵਿੱਚੋਂ, ਵੇਖੀ ਕਦੀ ਨਿਕਲੀ, ਕਿੰਨੇ ਕਿੰਨੇ ਵੇਖੀ, ਹੱਥ ਖੜਾ ਕਰੋ। ਅੱਛਾ ਪਾਣੀ ਦੇ ਵਿੱਚੋਂ ਬਾਹਰ ਕੱਢੀ ਹੋਈ ਮੱਛੀ ਕੀ ਕਰਦੀ ਹੈ ਦੱਸੋ ਨਾ ਕੁ। ਇਤਰਾਂ ਹੀ ਜਿੰਨਾ ਚਿਰ ਸਵਾਸ ਨਹੀਂ ਛੱਡ ਦਿੰਦੀ ਉਹਨਾਂ ਚਿਰ ਸ਼ਾਂਤ ਨਹੀਂ ਹੁੰਦੀ, ਤੜਫਦੀ ਰਹਿੰਦੀ। ਸਿੱਖਾ ਤੂੰ ਕਿੰਨੇ ਕਿੰਨੇ ਦਿਨ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ। ਅੱਖ ਵਾਹਿਗੁਰੂ ਜਿਸ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਹੈ, ਸਿੱਖਾ ਤੇਰਾ ਜੀਵਨ ਬੋਲੋ ਸਰਦਾਰ ਸਾਹਿਬ, ਜਿਸ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਹੈ ਉਸ ਤਰ੍ਹਾਂ ਤੇਰਾ ਜੀਵਨ। ਮਗਰ ਮੱਛੀ ਤੇ ਇੱਕ ਛਿੰਨ ਨਹੀਂ ਰਹਿ ਸਕਦੀ, ਜਰਾ ਕੁ ਬਾਹਰ ਕੱਢੋ ਤੇ ਤੜਫਦੀ। ਤੂੰ ਤੜਫਿਆ ਕਦੀ? ਇੱਕ ਦਿਨ ਜਪਜੀ ਸਾਹਿਬ ਦਾ ਪਾਠ ਤੇਰਾ ਰਹਿ ਜੇ, ਨਿਤਨੇਮ ਰਹਿ ਜੇ, ਕਦੀ ਤੜਫਿਆ ਇਸ ਤਰ੍ਹਾਂ? ਮਹਿਸੂਸ ਕਰ, ਕਥਾ ਸੁਣਨੀ। ਇਹਨੂੰ ਨਹੀਂ ਕਹਿੰਦੇ ਵੀ ਆਉਂਦਿਆਂ ਡੱਬੇ ਜੇ ਚ ਰੁਪਈਆ ਪਾਓ ਤੇ ਚੱਲ ਜਾਓ। ਕਥਾ ਸੁਣਨੀ ਇਹਨੂੰ ਕਹਿੰਦੇ ਜੀਵਨ ਬਦਲਣ ਦੀ। ਜੀਵਨ ਬਦਲੋ ਆਪਣੇ ਅੰਦਰ, ਜਿੱਥੇ ਕਿਤੇ ਅਚੇਤਨਤਾ ਦੀ ਨੀਂਦ ਆਈ ਉਹਨੂੰ ਚੇਤਨਤਾ ਚ ਬਦਲੋ। ਆਖੋ ਵਾਹਿਗੁਰੂ ਅਚੇਤਨਤਾ ਦੀ ਨੀਂਦ ਆਈ ਉਹਨੂੰ ਚੇਤਨਤਾ ਵਿੱਚ ਬਦਲੋ, ਆਪਣੇ ਜੀਵਨ ਨੂੰ ਬਦਲੋ। ਗੁਰਦੁਆਰੇ ਤੁਸੀਂ ਬਦਲਣ ਆਉਂਦੇ ਹੋ। ਆਖੋ ਵਾਹਿਗੁਰੂ ਗੁਰਦੁਆਰੇ ਤੁਸੀਂ ਚੇਂਜ ਹੋਣ ਆਉਂਦੇ ਹੋ। ਇਹ ਸਮਾਜ ਵਿੱਚ ਉਹ ਸੂਰਜ ਹੈ ਜਿਹਦੀ ਰੋਸ਼ਨੀ ਹਰ ਚੀਜ਼ ਵਿੱਚ ਜਾਂਦੀ,
ਕੱਲ ਬੱਚੇ ਮੇਰੇ ਕੋਲ ਬੈਠੇ ਸੀ, ਧਿਆਨ ਦਿਓ, ਆਖੋ ਵਾਹਿਗੁਰੂ। ਤੁਸੀਂ ਜੰਗਲ ਦੇ ਵਿੱਚ ਰੇਤ ਦੇ ਕਿਣਕੇ ਪਏ ਸੀ, ਰੇਤ ਦੇ ਕਿਣਕੇ ਤੀਓ ਸੁਣ ਰਹੇ ਹੋ, ਰੇਤ ਦੇ ਨਿੱਕੇ ਨਿੱਕੇ ਕਿਣਕੇ ਪਏ ਸੀ ਤੇ ਸੂਰਜ ਚਮਕ ਰਿਹਾ ਸੀ ਅਸਮਾਨ ਵਿੱਚ ਬੜਾ। ਸੂਰਜ ਦੀ ਇੱਕ ਕਿਰਨ ਜਿਹੜੇ ਕਿਣਕੇ ਤੇ ਪੈਂਦੀ ਸੀ ਉਹਦੇ ਵਿੱਚੋਂ ਵੀ ਲਾਈਟਾਂ ਕੱਢਦੀ ਸੀ, ਨਹੀਂ ਪਤਾ ਲੱਗਾ ਉਹਦੇ ਵਿੱਚ ਵੀ ਕੋਈ ਪਤਾ ਲੱਗਾ ਜੀ? ਹੱਥ ਜੋੜੇ ਬੇਨਤੀ ਦੱਸੋ, ਰੇਤ ਦੇ ਜਿਸ ਕਿਣਕੇ ਤੇ ਸੂਰਜ ਦੀ ਕਿਰਨ ਪਈ ਉਹਦੇ ਵਿੱਚ ਵੀ ਰੋਸ਼ਨੀ ਆਉਂਦੀ ਸੀ, ਚਮਕ ਉੱਠਦੀ ਸੀ। ਸਿੱਖਾ ਤੇਰੇ ਚਿਹਰੇ ਤੋਂ ਚਮਕ ਆਉਂਦੀ? ਹੱਥ ਜੋੜੇ ਜੀ, ਪੜ੍ਹੋ ਧਿਆਨ ਨਾਲ, ਪੁੱਤ ਸੁਣੋ, ਕੀ ਤੇਰੇ ਚਿਹਰੇ ਤੋਂ ਕਦੀ ਚਮਕ ਉੱਠੀ? ਰੇਤ ਦੇ ਕਿਣਕੇ ਨੂੰ ਤੇ ਕਰੀਮ ਨਹੀਂ ਲਾਉਣੀ ਪਈ ਚਮਕਣ ਲਈ, ਪਤਾ ਹੈ? ਰੇਤ ਦੇ ਕਿਣਕੇ ਨੂੰ ਕਦੀ ਚਮਕ ਪੈਦਾ ਕਰਨ ਲਈ ਤੂੰ ਸ਼ੀਸ਼ੇ ਅੱਗੇ ਖਲੋ ਕੇ ਕਰੀਮ ਲਾਉਣਾ ਹੈ ਚਮਕ ਪੈਦਾ ਕਰਨ ਲਈ, ਵੀ ਮੇਰਾ ਚਿਹਰਾ ਚਮਕੇ? ਕਿਤੇ ਸੰਬੰਧ ਟੁੱਟਾ ਈ, ਚੇਤਾ ਰੱਖੀ, ਆਖੋ ਵਾਹਿਗੁਰੂ। ਭੈਣ ਸੁਚੇਤ ਹੋ ਕੇ, ਆ ਜਸਵੀਰ ਕੌਰ ਦੀ, ਜਸਵੀਰ ਸਿੰਘ ਦੀ ਭੈਣ ਆ ਜਿਹੜੀ, ਸੁਚੇਤ ਹੋ ਕੇ ਸੁਣੋ ਧਿਆਨ ਨਾਲ, ਇੱਥੇ ਹਾਜ਼ਰ ਰਹੀਦਾ ਹੈ, ਆਪਣੀ ਸੁਰਤ ਨੂੰ ਕੀ ਕਰੀਦਾ? ਹਾਜ਼ਰ ਰੱਖੀਦਾ, ਵੀ ਕੀ ਗੱਲ ਚੱਲ ਰਹੀ ਗੁਰਬਾਣੀ ਇਸ ਸਲੋਕਾਂ ਵਿੱਚ, ਕਥਾ ਵਿੱਚ, ਭਾਈ ਜੀ ਕੀ ਕਹਿ ਰਹੇ ਨੇ? ਆਖਰ ਤੇ ਤੁਹਾਨੂੰ ਸਧਾਰਨ ਨੂੰ ਗੁਰਬਾਣੀ ਦੀ ਕਥਾ ਹੁੰਦੀ ਹੈ ਨਾ, ਆਖ ਵਾਹਿਗੁਰੂ, ਕਿ ਵੈਸੇ ਇੱਕ ਮਰਿਆਦਾ ਬਣਾਈ ਵੀ ਕਥਾ ਸੁਣ, ਹਰ ਕਥਾ ਉਤਾਰੀ ਮੈਲ ਲਾਉਣ ਨੂੰ ਕਥਾ ਸੁਣਾਈ ਜਾਂਦੀ, ਮਗਰ ਜੇ ਤੁਸੀਂ ਸੁਣੋਗੇ ਨਹੀਂ ਕੋਈ ਮੈਲ ਨਹੀਂ ਲੱਥਣੀ, ਮੈਲੇ ਆਓਗੇ ਮੈਲੇ ਚੱਲ ਜਾਓਗੇ। ਰੇਤ ਦੇ ਕਿਣਕੇ ਦੇ ਉੱਤੇ ਸੂਰਜ ਦੀ ਕਿਰਨ ਡਿੱਗਦੀ ਸੀ ਤੇ ਰੇਤ ਦਾ ਕਿਣਕਾ ਵੀ ਤੂੰ ਨਾਲ ਹੀ ਸਹਿ ਕਿਤਨਾ ਚਮਕਦਾ ਸੀ। ਆਖਰ ਜੇ ਸਾਡੇ ਚਿਹਰੇ ਚਮਕੇ ਨਹੀਂ ਤੇ ਇੱਥੋਂ ਪਤਾ ਲੱਗਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਕਿਰਨ ਵੀ ਅਜੇ ਸਾਡੇ ਉੱਤੇ ਪਈ ਨਹੀਂ। ਆਓ ਥੋੜ੍ਹਾ ਜਿਹਾ ਇੱਥੇ ਹੱਥ ਰੱਖ ਕੇ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਰੱਬ ਅੱਗੇ ਤਰਲਾ ਪਾਓ, ਗਰੀਬ ਨਵਾਜ, ਇੱਕ ਕਿਰਨ ਪਾ ਦੇ, ਵਾਹਿਗੁਰੂ 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 ਜੁੜ ਕੇ ਇੱਕ ਮਨ ਇੱਕ ਚਿੱਤ ਹੋ ਗਏ। ਗੁਰੂ ਗੁਰੂ ਵੇਖੋ ਚਮਕ ਉੱਠੋਗੇ, ਕਿਸੇ ਕਰੀਮ ਦੀ ਜ਼ਰੂਰਤ ਨਹੀਂ, ਕਿਸੇ ਪਰਫਿਊਮ ਦੀ ਜ਼ਰੂਰਤ ਨਹੀਂ, ਗੁਰੂ ਵਾਹਿਗੁਰੂ 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 ਗੁਰੂ ਜਿਉਂਦੇ ਰਹੋ।
ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ, ਨਹੀਂ ਭੱਜੂਗਾ ਅੰਦਰਲਾ। ਜੁੜ ਗਈਆਂ ਤਾਰਾਂ, ਕਈਆਂ ਦਾ ਭਲਾ ਕਰ ਦੇਣਗੀਆਂ। ਇੱਕ ਜੁੜ ਜਾਓ, ਆਖੋ ਸਤਨਾਮ ਸ੍ਰੀ, ਫਿਰ ਟੇਕ ਕੇ ਸੁਣੋ। ਰੇਤ ਦੇ ਕਣਕੇ ਦੇ ਕਿਹਦੀ ਕਿਰਨ ਪਈ? ਬੋਲੋ ਨਾ, ਇੱਥੇ ਕਿਹੜਾ ਸੂਰਜ ਹੈ? ਸ਼ਾਬਾਸ਼, ਜਿੰਦੇ ਰਹੋ। ਫਿਰ ਭਰ ਕੇ ਬੋਲੋ, ਕਿਹੜਾ? ਸਾਹਿਬ ਨੂੰ ਤਰਲਾ ਪਾਓ। ਸਾਹਿਬ ਜੀ, ਮੈਂ ਵੀ ਇੱਕ ਕਿਣਕਾ ਵਾਂ, ਰੇਤ ਦਾ ਹੀ ਕਿਣਕਾ ਹੈ। ਆਹ ਸਾਡਾ ਸਰੀਰ ਵੀ ਜਿਹੜਾ ਹੈ ਨਾ, ਜੋ ਬਾਲੂ ਕੀ ਪੀਤ, ਰੇਤੀ ਦੀਵਾਰ ਆ। ਤੂੰ ਕਿਰਪਾ ਕਰ, ਸਾਡੇ ਉੱਤੇ ਇੱਕ ਕਿਰਨ ਪਾ ਦੇ। ਇਹਦੇ ਵਿੱਚੋਂ ਵੀ ਜਗਮਗ ਜਗਮਗ ਕਰਦੀ ਕੋਈ ਚੀਜ਼ ਨਿਕਲੇ, ਸਮਝਦੇ ਹੋ ਜੀ? ਕਿਣਕੇ ਦੇ ਵਿੱਚੋਂ ਪ੍ਰਕਾਸ਼ ਕਿਤਨਾ ਨਿਕਲਿਆ, ਬੋਲੋ ਨਾ। ਬੈਟਰੀ ਮਾਰ ਕੇ ਵੇਖੋ, ਨਹੀਂ ਨਿਕਲੂਗਾ। ਬੈਟਰੀ ਮਾਰ ਕੇ ਭਾਈ ਸਾਹਿਬ ਜੀ ਵੇਖੋਗੇ, ਕਿਣਕਾ ਨਹੀਂ ਚਮਕੂਗਾ। ਦੀਵਾ ਜਗਾ ਕੇ ਕੋਲ ਵੇਖੋ, ਕਿਣਕਾ ਨਹੀਂ ਚਮਕੂਗਾ। ਦੁਨੀਆਂ ਭਰ ਦੇ ਬਲਬ ਲਾ ਕੇ ਵੇਖੋ, ਕਿਣਕਾ ਕਿਉਂ ਕਿਉਂ ਭਲਾ? ਦੀਵੇ ਦੇ ਵਿੱਚ ਕਿਰਨ ਹੈ ਨਹੀਂ, ਪ੍ਰਕਾਸ਼ ਹੈ। ਆਖੋ ਵਾਹਿਗੁਰੂ। ਸੂਰਜ ਵਿੱਚ ਕਿਰਨਾਂ ਨੇ, ਗੁਰੂ ਵਿੱਚ ਕਿਰਨਾਂ ਨੇ, ਗੁਰੂ ਵਿੱਚ ਕਿਰਨ ਆ। ਜਿਹੜੀ ਰੇਤ ਦੇ ਕਿਣਕੇ ਤੇ ਪਈ ਤੇ ਅੱਗੋਂ ਉਹਨੇ ਵੀ ਚਮਕਣਾ ਸ਼ੁਰੂ ਕਰ ਦਿੱਤਾ। ਸੱਚਮੁੱਚ ਉਸੇ ਤਰ੍ਹਾਂ ਦੀ ਚਮਕ ਆਉਂਦੀ ਜਿਸ ਤਰ੍ਹਾਂ ਦੀ ਉਹਦੇ ਵਿੱਚੋਂ ਕਿਣਕ ਨਿਕਲ ਰਹੀ, ਕਿਰਨ ਨਿਕਲ ਰਹੀ। ਉਸ ਤਰ੍ਹਾਂ ਦੀ ਕਿਰਨ ਹੋ ਰਹੀ ਰੇਤ ਦੇ ਕਣ ਦੇ ਵਿੱਚੋਂ ਵੀ ਨਿਕਲ ਰਹੀ। ਸਿੱਖਾ ਸੱਚਮੁੱਚੀ ਭਾਈ ਉਦੇ ਸਿੰਘ ਦਾ ਮੂੰਹ ਵੇਖੇਗਾ ਨਾ ਤੇ ਗੁਰੂ ਗੋਬਿੰਦ ਸਿੰਘ ਵਰਗਾ ਹੈ। ਬਹੁਤ ਸਾਰੇ ਸਿੱਖ ਭੁਲੇਖਾ ਖਾ ਜਾਂਦੇ ਸੀ ਜਦੋਂ ਕਦੀ ਭਾਈ ਉਦੇ ਸਿੰਘ ਤੁਰਿਆ ਜਾਂਦਾ ਸੀ ਤੇ ਲੋਕੀ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨਾਲ ਇਹਦਾ ਮੁਹਾਂਦਰਾ, ਕਿਰਨ ਪੈ ਗਈ ਨਾ ਸੂਰਜ ਦੀ, ਪਤਾ ਲੱਗਾ ਜੀ ਸੂਰਜ ਦੀ ਉੱਤੇ, ਤੇ ਉਹ ਕਿਣਕਾ ਰੇਤ ਦਾ ਵੀ ਚਮਕ ਉੱਠਿਆ। ਤੁਸੀਂ ਵੀ ਅਰਦਾਸ ਕਰੋ, ਸਾਹਿਬ ਗੁਰੂ ਗ੍ਰੰਥ ਸਾਹਿਬ ਮੈਂ ਇਕੱਲਾ ਮੱਥਾ ਟੇਕਣ ਜੋਗਾ ਨਾ ਰਹਿ ਜਾਂ, ਮੈਂ ਤੇਰੇ ਅੱਗੇ ਪੈਸੇ ਚੜਾਉਣ ਜੋਗਾ ਨਾ ਰਹਿ ਜਾਂ, ਮੈਂ ਰੋਜ਼ ਚੱਕਰ ਕੱਟਣ ਆਵਾਂ, ਰੁਮਾਲਾ ਲੈ ਕੇ ਆਵਾਂ, ਪ੍ਰਸ਼ਾਦ ਲੈ ਕੇ ਆਵਾਂ। ਇਹਦੇ ਤੋਂ ਉੱਤੇ ਦਇਆ ਕਰੋ ਦਾਸ, ਤੇਰੇ ਕੀ ਬੇਨਤੀ। ਬੋਲੋ, ਰਿਧ ਕਰ ਪ੍ਰਗਾਸ, ਰਿਧ ਕੋਈ ਇੱਕ ਕਿਰਨ ਪਾ ਮੇਰੇ ਅੰਦਰ ਵੀ ਪ੍ਰਕਾਸ਼ ਹੋ ਜੇ। ਹੁਣ ਪ੍ਰਕਾਸ਼ ਕਾਹਦਾ? ਗਿਆਨ ਅੰਜਨ ਗੁਰ ਦੀ ਆ। ਗਿਆਨ ਦੀ ਕਿਰਨ ਪਾ ਮੇਰੇ ਤੇ, ਮੈਨੂੰ ਗਿਆਨ ਬਖਸ਼।
ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਨੇ ਜਿਹਨਾਂ ਨੂੰ ਅੱਜ ਵੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਜਿਹੜੇ ਮੇਰੇ ਨਾਲ ਸਿੰਘ ਆਉਣ ਡਿਆ ਸੀ ਆਖੋ ਵਾਹਿਗੁਰੂ। ਰਸਤੇ ਵਿੱਚ ਇੱਕ ਭਾਈ ਰਣਧੀਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਕੀਰਤਨ ਕਰਦੇ ਉਹਨਾਂ ਦੀ ਵਿੱਚ ਲੱਗੀ ਸੀ ਤੇ ਉਹ ਕਹਿੰਦੇ ਸੀ ਕਿਆ ਗੁਣ ਤੇਰੇ ਸੰਭਲਾਂ, ਕਿਆ ਗੁਣ ਤੇਰੇ ਸੰਭਲਾਂ ਦਾ ਮੈਂ ਅਰਥ ਪੁੱਛਦਾ ਸਾਂ, ਤੁਸੀਂ ਦੱਸੋ ਕਿ ਕੋਈ ਹੱਥ ਖੜਾ ਕਰ ਗਿਆ। ਕਿਆ ਗੁਣ ਤੇਰੇ ਸੰਭਲਾਂ ਕਮਨ ਵਿਧੀ ਵਿਚਾਰ, ਕਿਹੜੇ ਤਰੀਕੇ ਨਾਲ ਤੇਰੀ ਵਿਚਾਰ ਕਰਾਂ, ਤੇਰੇ ਕਿਹੜੇ ਗੁਣ ਮੈਂ ਸੰਭਲਾਂ ਚੇਤੇ ਕਰਾਂ। ਇੱਕ ਗੁਣ ਹੋਵੇ ਤਾਂ ਮੈਂ ਚੇਤੇ ਕਰਾਂ, ਤੇਰੇ ਤੇ ਗੁਣ ਬੇਅੰਤ ਨੇ ਆਖੋ ਵਾਹਿਗੁਰੂ। ਅਤੇ ਮੈਂ ਇਹਨੂੰ ਦੱਸਦਾ ਹੁਣ, ਗੁੱਸਾ ਨਾ ਕਰਿਓ ਗੁਰੂ ਕੇ ਸਿੱਖੋ, ਧਿਆਨ ਨਾਲ ਤੁਹਾਡੀਆਂ ਲੱਤਾਂ ਚੱਲਦੀਆਂ ਨੇ ਆਖੋ ਵਾਹਿਗੁਰੂ, ਹੱਥ ਚੱਲਦੇ, ਦਿਮਾਗ ਚੱਲਦਾ ਹੈ, ਮਗਰ ਸੁਰਤ ਜਿਹੜੀ ਗੁਰਬਾਣੀ ਨੂੰ ਸੋਚਣ ਵਾਲੀ ਸੀ, ਜਿਹੜਾ ਥੋੜ੍ਹੀ ਜਿਹੀ ਇਕਾਗਰਤਾ ਬਖਸ਼ਿਓ, ਜਿਹੜੀ ਗੁਰਬਾਣੀ ਦੀ ਵਿਚਾਰ ਕਰਨ ਵਾਲੀ ਸੁਰਤ ਸੀ ਉਹ ਪੈਰਾਲਾਈਜ਼ ਹੋ ਗਈ ਸਿੱਖ ਦੀ। ਮੈਨੂੰ ਮਾਫ਼ ਕਰ ਦਿਓ, ਤੁਹਾਡੇ ਸਰੀਰ ਚੱਲਦੇ ਨੇ, ਤੁਹਾਡਾ ਦਿਮਾਗ ਚੱਲਦਾ ਹੈ, ਕੰਪਿਊਟਰ ਦੀਆਂ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਕੱਢ ਕੇ ਤੁਸੀਂ ਵਿੱਚੋਂ ਰੱਖੀ ਜਾਂਦੇ ਹੋ, ਦਿਮਾਗ ਦੀ ਧਾਰਾ ਚੱਲਦੀ, ਮਗਰ ਜਿਹੜੀ ਸੁਰਤ ਨੇ ਸ਼ਬਦ ਦੀ ਵਿਚਾਰ ਕਰਨੀ ਸੀ ਉਹ ਸੁਰਤ ਕੀ ਹੋ ਗਈ, ਬੋਲੋ ਨਾ, ਕਿਸੇ ਨੂੰ ਪੁੱਛ ਕੇ ਵੇਖ ਲਓ, ਕਿਸੇ ਨੂੰ ਪੁੱਛ ਕੇ ਵੇਖ ਲਓ, ਤੁਹਾਡੇ ਕੋਲ ਕੋਈ ਆ ਜਾਏ, ਗਿਆਨੀ ਆ ਜਾਏ, ਧਿਆਨੀ ਆ ਜਾਏ, ਰਾਗੀ ਆ ਜਾਏ, ਢਾਡੀ ਆ ਜਾਏ, ਪ੍ਰਚਾਰਕ ਆ ਜਾਏ, ਉਹਨੂੰ ਕੋਈ ਤੁੱਕ ਗੁਰਬਾਣੀ ਦੀ ਪੁੱਛੋ, ਸੱਚੀ ਮੁੱਚੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਇਹ ਪੰਥ ਜੇ ਅੱਜ ਮਰਿਆ ਤੇ ਵਿਚਾਰ ਤੋਂ ਮਰਿਆ ਹੈ, ਬਾਣੀ ਪੜ੍ਹਦਾ ਹੈ, ਬਹੁਤ ਸਾਰੇ ਕੀ ਬਾਣੀਆਂ ਪੜ੍ਹਨ ਵਾਲੇ ਨੇ ਆਖੋ ਵਾਹਿਗੁਰੂ, ਬਹੁਤ ਸਾਰੇ ਸਿੱਖ ਇੱਕੀ ਬਾਣੀਆਂ ਪੜ੍ਹਨ ਵਾਲੇ, 11-11 ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਸਿੱਖ ਤੁਹਾਨੂੰ ਮਿਲਣਗੇ, ਮਗਰ ਜੇ ਤੁਸੀਂ ਉਹਨੂੰ ਪੁੱਛੋ ਕਾਂਖੀ ਇੱਕ ਹੈ, ਕਾਂਖੀ ਦਾ ਅਰਥ ਪੁੱਛੋ, ਤੁਸੀਂ ਦੱਸੋ ਹੱਥ ਖੜਾ ਕਰਕੇ ਕੋਈ, ਕਾਂਖੀ ਇੱਕ ਹੈ, ਦਰਸ ਤੁਹਾਰੋ ਕਾਂਖੀ ਨੋ ਨੋ, ਆਕਾਂਸ਼ਾ ਤੋਂ ਬੜਿਆ ਸ਼ਬਦ ਹੈ, ਆਕਾਂਸ਼ਾ, ਮੇਰੀ ਇਹ ਆਕਾਂਸ਼ਾ ਹੈ, ਮੇਰੀ ਇਹ ਇੱਛਾ ਹੈ, ਹੁਣ ਪਤਾ ਲੱਗ ਗਿਆ, ਕਾਂਖੀ ਬਣੇ ਇੱਛਾ, ਬੋਲੋ ਭੈਣੋ, ਮੇਰੀ ਇਹ ਕਾਂਖੀ ਇੱਕ ਹੈ, ਹੇ ਵਾਹਿਗੁਰੂ ਮੈਂ ਤੇਰੇ ਘਰ ਹੋਰ ਕੋਈ ਇੱਛਾ ਨਹੀਂ ਲੈ ਕੇ ਆਇਆ, ਤੇਰੇ ਦੀਦਾਰ ਹੋ ਜਾਣ, ਬਸ ਕਾਂਖੀ ਇੱਕ ਹੈ। ਤੁਸੀਂ ਵੇਖਿਓ ਇਸ ਤਰ੍ਹਾਂ ਹੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਸੁਰਤ ਪੈਰਾਲਾਈਜ਼ ਹੋ ਗਈ, ਕਿਸ ਪ੍ਰਤੀ, ਵਿਚਾਰ ਪ੍ਰਤੀ, ਤੇ ਵਿਚਾਰ ਵੀ ਗੁਰਬਾਣੀ ਦੀ, ਗੁਰਬਾਣੀ ਦੀ ਵਿਚਾਰ ਪ੍ਰਤੀ ਸਿੱਖ ਦੀ ਜਿਹੜੀ ਸੁਰਤ ਆ ਨਾ, ਜੇ ਕਿਤੇ ਵਿਚਾਰਵਾਨ ਸਿੱਖ ਹੁੰਦਾ ਨਾ, ਤੁਹਾਨੂੰ ਕੋਈ ਕਿਸੇ ਨਾਮ ਤੇ ਨਾ ਲੁੱਟਦਾ, ਕੋਈ ਕਿਸੇ ਨਾਮ ਤੇ ਨਾ ਲੁੱਟਦਾ। ਖੈਰ ਮੈਂ ਮੁੜਾਂ, ਐਸੀ ਪ੍ਰੀਤ ਕਰੋ ਮਨ ਮੇਰੇ, ਬੋਲੋ ਮੇਰਿਆ ਮਨਾ ਇਹੋ ਜਿਹੀ ਪ੍ਰੀਤੀ ਕਰਿਆ ਕਰ, ਕਿਤਰਾ ਦੀ ਪ੍ਰੀਤੀ ਕਰਿਆ ਕਰਾਂ ਜੀ, ਮੈਂ ਤਾਂ ਬੜਾ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਨਾਲ, ਸੋਨੇ ਦਾ ਛੱਬਾ ਚੜਾਉਣਾ, ਬੋਲੋ ਮੈਂ ਕੀ ਕਿਹਾ, ਸੋਨੇ ਦਾ, ਮੈਂ ਤਾਂ ਬੜਾ ਪਿਆਰ ਆ ਮੇਰਾ ਗੁਰੂ ਸਾਹਿਬ ਨਾਲ, ਮੈਂ ਤੇ 2.5 ਲੱਖ ਦਾ ਚੰਦੋਆ ਚੜਾਉਣਾ, ਮੇਰਾ ਪਿਆਰ ਹੀ ਤੇ ਹੈ। ਮੇਰਾ ਬਾਬਾ ਕਹਿੰਦਾ ਨਹੀਂ, ਆਠ ਪੈਰ ਪ੍ਰਭ ਜਾਣੋ ਨੇੜੇ, ਆਹ ਪ੍ਰੀਤੀ ਹੈ, ਅੱਠ ਪੈਰ, ਅੱਠੇ ਪੈਰ ਪਰਮੇਸ਼ੁਰ ਨਾਲ ਪਿਆਰ ਕਰ, ਉਹਨੂੰ ਸੌਂਦਾ ਬਹਿੰਦਾ ਉੱਠਦਾ ਕੋਲ ਖਲੋਤਾ ਵੇਖ, ਪਾਪ ਕਰੂਗਾ ਕੋਈ ਬੰਦਾ ਜਿਹਨੇ 24 ਘੰਟੇ ਨਾਲ ਜਾਣਿਆ ਰੱਬ ਨੂੰ, ਕੋਈ ਪਾਪ ਕਰੂਗਾ ਜੀ, ਬੋਲੋ ਗੁਰੂ ਕੇ ਸਿੱਖੋ।
ਕੋਈ ਗੁਰੂ ਕਾ ਸਿੱਖ ਸ਼ਰਾਬ ਪੀਊਗਾ, ਕੋਈ ਗੁਰੂ ਕਾ ਸਿੱਖ ਕਿਸੇ ਦੀ ਜੇਬ ਕੱਟੂਗਾ, ਕਦੀ ਪੇਟ ਵਿੱਚ ਧੀ ਮਾਰੂਗਾ, ਜਦੋਂ ਆਖੂਗਾ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਖਲੋਤੇ। ਪਿਆਰ ਕਰਨਾ ਸਿੱਖ, ਆਖੋ ਵਾਹਿਗੁਰੂ, ਆਠ ਪੈਰ ਪ੍ਰਭ ਜਾਨੋ, ਜਿਉਂ ਮਛਲੀ ਕਿਉਂ ਜੀ ਬਣ ਪਾਵੇ। ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਬੂੰਦ ਵਿਹੂਣ, ਦੂਸਰੀ ਪਪੀਏ ਦੀ ਗੱਲ ਆਈ, ਬੂੰਦ ਵਿਹੂਣਾ ਚਾਤਰਕੋ ਮੀਨ ਪਪੀਹਾ, ਜਿਹਨੂੰ ਆਪਾਂ ਚਾਤਰਕ ਵੀ ਕਹਿੰਦੇ, ਪਪੀਆ ਵੀ ਕਹਿੰਦੇ, ਸਾਰੰਗ ਵੀ ਕਹਿੰਦੇ। ਆਖੋ ਵਾਹਿਗੁਰੂ, ਬਾਣੀ ਚ ਬੜੇ ਇਹਦੇ ਨਾਮ ਆਏ। ਕਹਿੰਦੇ ਇੱਕ ਬੂੰਦ ਤੋਂ ਵਿਹੂਣਾ ਜਿਤਰਾ ਪਪੀਆ ਤਰਸਦਾ ਹੈ। ਪਪੀਏ ਨੂੰ ਕਿਸੇ ਨੇ ਕਿਹਾ, ਜੇ ਤੁਸੀਂ ਚੰਗੇ ਸੁਚੇਤ ਸੁਣਿਓ ਧਿਆਨ, ਥੋੜੀ ਪੰਜਾਬ ਦੀ ਬੋਲੀ ਵੀ ਸਮਝਦੇ ਹੋ, ਅੱਛਾ, ਪਪੀਏ ਨੂੰ ਕਿਸੇ ਨੇ ਕਿਹਾ ਵੀ ਤੂੰ ਕਾਹਦੇ ਲਈ ਤਰਸਦਾ? ਕਹਿੰਦਾ ਇੱਕ ਪਾਣੀ ਦੀ ਬੂੰਦ ਲਈ। ਉਹਨੇ ਉਹਨੂੰ ਚੁੱਕਿਆ, ਕਿਹਨੂੰ? ਤੇ ਨਹਿਰ ਵਗਦੀ ਤੇ ਲੈ ਗਿਆ ਵੀ ਇੱਕ ਪਾਣੀ ਦੀ ਬੂੰਦ ਲਈ ਤਰਸ ਰਿਹਾ, ਇੱਥੋਂ ਜਿੰਨਾ ਮਰਜ਼ੀ ਪੀ ਲਾ, ਭੈਣ ਪਤਾ ਲੱਗ ਰਿਹਾ ਜਿੰਨਾ। ਕਹਿੰਦਾ ਨਹੀਂ, ਇਹ ਪਾਣੀ ਮੇਰੇ ਪੀਣ ਜੋਗਾ ਨਹੀਂ, ਇਸ ਪਾਣੀ ਨਾਲ ਮੇਰੀ ਪਿਆਸ ਨਹੀਂ ਬੁੱਝਣੀ। ਪਤਾ ਨਹੀਂ ਸਿੱਖਾ ਤੂੰ ਕਿਤਨਾ ਧਾਗਾ ਲੈ ਕੇ ਸ਼ਾਂਤ ਹੋ ਜਾਣਾ, ਤੂੰ ਕਿਤਨਾ ਕਿਸੇ ਨੂੰ ਮੱਥਾ ਟੇਕ ਕੇ, ਕਿਸੇ ਮੜੀ ਤੇ ਟੇਕ ਕੇ ਕਹਿੰਦਾ ਮੇਰਾ ਕੰਮ ਹੋ ਗਿਆ। ਇੱਕ ਪਪੀਏ ਨੂੰ ਪੁੱਛ, ਪਤਾ ਲੱਗ ਰਿਹਾ ਪੁੱਤਰ, ਇੱਕ ਪਪੀਏ ਨੂੰ ਪੁੱਛ ਜਿਹੜਾ ਕਹਿੰਦਾ ਨਹਿਰ ਚ ਵਗਦਾ ਪਾਣੀ ਮੇਰੀ ਪਿਆਸ ਨਹੀਂ ਬੁਝਾ ਸਕਦਾ। ਆਖੋ ਵਾਹਿਗੁਰੂ। ਉਹਨੂੰ ਫਿਰ ਉਹਨੇ ਚੁੱਕਿਆ ਤੇ ਝੀਲ ਤੇ ਲੈ ਗਿਆ। ਝੀਲ ਦਾ ਪਾਣੀ ਬੜਾ ਨਿਰਮਲ ਸੀ, ਇੱਥੇ ਤੁਹਾਡੇ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਝੀਲਾਂ ਜਿਨ੍ਹਾਂ ਦਾ ਇਤਰਾਂ ਦਾ ਪਾਣੀ ਛੀ ਛੀਲ ਗਿਆ। ਉਹਨੂੰ ਆਖੀ ਇੱਥੋਂ ਰੱਜ ਕੇ ਪੀ ਲਾ, ਕਹਿੰਦਾ ਨਾ। ਆਖੋ ਵਾਹਿਗੁਰੂ। ਅੰਬਰ ਘਨ ਹਰਸ਼ ਆਇਆ, ਬੋਲੋ, ਖੁੱਲ ਕੇ ਬੋਲੋਗੇ ਤੇ ਅਰਥ ਵੀ ਨਾਲ ਪਤਾ ਲੱਗ। ਅੰਬਰ ਮਣੇ, ਅੰਬਰ ਮੀਨ ਅਸਮਾਨ, ਕਨਹਰ ਬੱਦਲ, ਛਾ ਕੇ ਆ ਗਏ। ਇੰਨਾ ਵਰਿਆ ਅਸਮਾਨ ਚੋਂ, ਪਤਾ ਲੱਗ ਰਿਹਾ। ਅੰਬਰ ਕਨਹਰ ਛਾਇਆ, ਬਰਖ ਭਰੇ ਸਰ ਤਾਲ, ਸਰ ਤਾਲ ਭਰ ਗਏ, ਸਰੋਵਰ ਭਰ ਗਏ, ਇੰਨਾ ਮੀਂਹ ਪਿਆ। ਤੇ ਮੇਰਾ ਤੀਸਰਾ ਬਾਬਾ ਕਹਿੰਦਾ ਚਾਤਰਕ ਜਿਉਂ ਤਰਸਤ ਰਹੇ, ਪਪੀਆ ਅਜੇ ਵੀ ਤੈਨੂੰ ਕੌਣ ਹਵਾਲ, ਉਹਦਾ ਕੀ ਹਾਲ ਆ। ਇੰਨਾ ਮੀਂਹ ਪੈਣ ਤੋਂ ਬਾਵਜੂਦ ਵੀ ਕਹਿੰਦਾ ਨਹੀਂ, ਮੇਰੀ ਪਿਆਸ ਨਹੀਂ ਬੁੱਝੀ। ਮੇਰੀ ਪਿਆਸ ਉਦੋਂ ਬੁੱਝੂਗੀ ਜਦੋਂ ਮੇਰੇ ਸਿਰ ਵਿੱਚ ਬੂੰਦ ਪਊਗੀ, ਤੇ ਉਹ ਬੂੰਦ ਇਹਦੇ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ। ਸਿੱਖਾ ਤੇਰੇ ਵੀ ਦਿਮਾਗ ਦੇ ਵਿੱਚੋਂ ਜਿੰਨਾ ਚਿਰ ਗੁਰੂ ਨੇ ਕਿਰਪਾ ਕਰਕੇ ਨਾਮ ਨਾ ਪ੍ਰਗਟ ਕੀਤਾ, ਉਹਨਾਂ ਚਿਰ ਤੇਰੀ ਪਿਆਸ ਨਹੀਂ ਬੁੱਝਣੀ। ਕੋਸ਼ਿਸ਼ ਕਰ, ਇਹ ਬੈਠੇ ਨੇ ਮੇਰੇ ਸਤਿਗੁਰੂ ਪ੍ਰਕਾਸ਼, ਜਿਸ ਪਾਸ ਬੈਠੇ ਹਾਂ ਸੋਈ ਹੈ, ਜਿਹਦੇ ਕੋਲ ਬੈਠੇ ਹਾਂ, ਪਾਹ ਤਰਲਾ ਪਲਾ ਗਰੀਬ ਨਵਾਜ ਕਰਦੇ, ਅੱਜ ਦੇ ਦੀਵਾਨ ਵਿੱਚ ਹੀ ਕਿਰਪਾ ਕਰਦੇ, ਪਾ ਦੇ ਇੱਕ ਬੂੰਦ ਵਾਹਿਗੁਰੂ ਵਾਹਿਗੁਰੂ ਖੁੱਲ ਕੇ, ਤੂੰ ਨੀਚ ਜਾਓ, ਤੂੰ ਨੀਚ ਗੁਰੂ ਲੈ ਕੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪਰ ਪਿਆਰ ਚ ਪੜੋ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰ ਪਿਆਰ ਚੜ ਕੇ ਝੂਮ ਕੇ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰ ਮਿਲ ਸਾਧੂ ਪੀਵਣ ਹਾਰ, ਮਿਲ ਸਾਧੂ ਪੀਵਣ ਹਾਰ, ਮਿਲ ਸਾਧੂ ਮਣੇ ਸਤਸੰਗਤ, ਮਿਲ ਸਾਧੂ ਪੀਵਣ ਹਾਰ, ਮਿਲ ਸਾਧੂ ਪੀਵਣ ਹਾਰ, ਮਿਲ ਸੰਤ ਜਨਾ ਮਿਲ ਪਾਈਏ ਹਰ ਰਸਨਾ ਨਾਮ ਭਣਾ, ਸਤਸੰਗਤ ਵਿੱਚ ਵੀ ਕੇ ਰਸਨਾ ਨਾਲ ਵਾਹਿਗੁਰੂ ਭਣਾ ਕਹਿੰਦੇ, ਕਹਿਣਾ ਭਣਾ ਦਾ ਮਤਲਬ ਕੀ ਕਹਿਣਾ, ਰਸਨਾ ਨਾਲ ਵਾਹਿਗੁਰੂ ਕਹੋ ਸੱਚੀ ਮੁੱਚੀ, ਜਿਹਨੂੰ ਜਿਹਨੂੰ ਕਿਰਪਾ ਹੋਈ ਆ ਅੱਜ ਤੱਕ ਸ੍ਰਿਸ਼ਟੀ ਤੇ, ਆਖੋ ਵਾਹਿਗੁਰੂ। ਉਹਨਾਂ ਆਪਣਾ ਅਨੁਭਵ ਲਿਖਿਆ, ਕਬੀਰ ਨੇ ਆਪਣਾ ਅਨੁਭਵ ਲਿਖਿਆ ਵੀ ਮੈਨੂੰ ਸਤਸੰਗਤ ਚੋਂ ਪ੍ਰਾਪਤ ਹੋਇਆ, ਨਾਮਦੇਵ ਨੇ ਆਪਣਾ ਅਨੁਭਵ ਲਿਖਿਆ ਗੁਰਬਾਣੀ ਵਿੱਚ ਵੀ ਮੈਨੂੰ ਬੋਲੋ, ਰਵਿਦਾਸ ਜੀ ਨੇ ਆਪਣਾ ਅਨੁਭਵ ਲਿਖਿਆ ਵੀ ਮੈਨੂੰ ਪ੍ਰਾਪਤੀ ਕਿੱਥੋਂ ਹੋਈ, ਸਤਸੰਗਤ ਨਾ ਛੱਡੋ। ਕਹਿ ਕਬੀਰ ਸੁਣੋ ਰੇ ਸੰਤੋ, ਬੋਲੋ ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਸਤਸੰਗਤ ਵਿੱਚ ਆਓ, ਸਤਸੰਗਤ ਵਿੱਚ ਵੀ ਕੇ ਰੱਬ ਦਾ ਨਾਮ ਜਪੋ। ਬੂੰਦ ਵਿਹੂਣਾ ਬੜੇ ਪਿਆਰ ਨਾਲ, ਬੂੰਦ ਚਾਤਰਕੋ ਤੇ ਅੱਗੇ ਲਿਖਿਆ ਕਿਉਂ ਕਰ ਤ੍ਰਿਪਤ ਆਵੇ, ਕਿਸ ਤਰ੍ਹਾਂ ਤ੍ਰਿਪਤੀ ਕਰ ਸਕਦਾ ਹੈ। ਉਹਨੂੰ ਕਿਹਾ ਝੀਲਾਂ ਚੋਂ ਪੀ ਲਾ, ਕਹਿੰਦਾ ਨਾ। ਉਹਨੂੰ ਕਿਹਾ ਨਹਿਰਾਂ ਚੋਂ ਪੀ ਲਾ, ਕਹਿੰਦਾ ਨਹੀਂ, ਉਹ ਤੇ ਬੂੰਦ ਕੋ ਉੱਤੋਂ ਆਉਣੀ ਤੇ ਸਤਸੰਗਤ ਚੋਂ ਮਿਲਣੀ। ਅਖ ਵਾਹਿਗੁਰੂ ਨਾਦ ਕੁਰੰਕੇ ਵਿਦਿਆ, ਨਾਦ ਨਾਦ ਮਨੇ ਸ਼ਬਦ, ਆਵਾਜ਼ ਆਉਂਦੀ, ਸ਼ਿਕਾਰੀ ਵਜਾਉਂਦਾ ਵੈਸੇ। ਅਖ ਵਾਹਿਗੁਰੂ ਜਿਹੜਾ ਕੁਰੰਕ ਹਰਨ ਹੁੰਦਾ ਨਾ, ਉਹ ਆਵਾਜ਼ ਸੁਣ ਕੇ ਉਹਨੂੰ ਇਕਦਮ ਦੌੜ ਪੈਂਦਾ ਏ, ਉਹਦੇ ਦਿਮਾਗ ਵਿੱਚ ਕੇਵਲ ਆਵਾਜ਼ ਸੁਣਦੀ, ਉਹਨੂੰ ਸ਼ਿਕਾਰੀ ਨਹੀਂ ਦਿਸਦਾ। ਆਖੋ ਵਾਹਿਗੁਰੂ ਉਹਨੂੰ, ਹਾਲਾਂਕਿ ਲੋਕਾਂ ਨੇ ਕਿਹਾ ਵੀ ਜਿਹਨੇ ਜੰਗਲ ਵਿੱਚ ਆਵਾਜ਼ ਦਿੱਤੀ ਆ ਤੈਨੂੰ ਏਡੀ ਵੱਡੀ, ਕੋਈ ਸ਼ਿਕਾਰੀ ਨਾ ਹੋਵੇ, ਧਿਆਨ ਨਾਲ ਜਾਈ, ਮਗਰ ਉਹਨੇ ਮਨਾ ਉਹਦਾ ਪ੍ਰੇਮ ਸੀ ਕਹਿੰਦੇ ਨਾਲ, ਨਾਦ ਨਾਲ। ਨਾਦ ਕੁਰੰਕੇ ਵਿਦਿਆ ਸਨਮੁਖ ਉੱਠਤਾਵੇ, ਸਨਮੁਖ ਦੌੜ ਪਿਆ ਉਧਰ ਨੂੰ, ਜਿਧਰੋਂ ਸਿੱਖਾ ਤੂੰ ਦੌੜਦਾ ਇਤਨਾ, ਥੋੜਾ ਜਿਹਾ ਸਿੱਧੇ ਹੋ ਕੇ ਬੈਠੋ, ਤੂੰ ਬੜਾ ਪਿਆਰ ਵਾਲਾ ਸਿੱਖ ਲੱਗਦਾ, ਐਡੀ ਡੇਜ਼ ਵਾਲਾ ਸੁਣਿਓ ਧਿਆਨ। ਆਖੋ ਵਾਹਿਗੁਰੂ, ਮੈਂ ਮੌਂਟਰੀਅਲ ਸਾਂ ਪਿਛਲੇ ਦਿਨਾਂ ਚ, ਆਪਣੀ ਜ਼ਿੰਦਗੀ ਦੇ ਅਨੁਭਵ ਜਿਹੜੇ ਹੁੰਦੇ ਨਾ, ਉਹ ਬੜਾ ਠੰਡ ਪਾਉਂਦੇ ਆ। ਮੈਂ ਉਸ ਜਗ੍ਹਾ ਤੇ ਮੈਨੂੰ ਉਹ ਲੈ ਗਏ ਘੁਮਾਉਣ ਲਈ, ਜਿੱਥੇ ਇੱਕ ਬਹੁਤ ਤੇਜ਼ ਵਗਦਾ ਦਰਿਆ ਆਣ ਕੇ ਸਮੁੰਦਰ ਚ ਵੜਿਆ, ਨਹੀਂ ਪਤਾ ਬਹੁਤ ਤੇਜ਼ੀ ਨਾਲ ਪਹਿਲਾਂ ਪਾਉਂਦਾ
ਨੱਚਦਾ ਟੱਪਦਾ ਕੁੱਦਦਾ ਕੀ ਸਮੁੰਦਰ ਦੇ ਵਿੱਚ ਮਿਲਣ ਲੱਗਾ। ਉਸ ਜਗ੍ਹਾ ਤੇ ਮੈਨੂੰ ਲੈ ਗਏ ਜਿੱਥੇ ਕੇਵਲ 10 ਕੁ ਗਜ ਦੀ ਦੂਰੀ ਸੀ। ਕਾਹਦੀ? ਸਮੁੰਦਰ ਦੀ। ਤੂੰ ਵੀ ਜਾਈ ਕਦੀ ਮੋਂਟਰੀਅਲ? ਆਖੋ ਵਾਹਿਗੁਰੂ। ਸਿੱਖਾ ਜਾਈ ਕਦੀ ਉਸ ਜਗ੍ਹਾ ਤੇ? ਜਾਈ ਜਿੱਥੇ ਦਰਿਆ ਆਣ ਕੇ ਸਮੁੰਦਰ ਚ ਪੈਂਦਾ ਤੇ ਫਿਰ ਕਲੋਲ ਕਰਦਾ ਵੇਖੀ ਦਰਿਆ ਨੂੰ, ਜਦੋਂ ਮੰਜ਼ਿਲ ਸਾਹਮਣੇ ਦਿਸ ਪਈ ਹੱਸਦਾ ਵੇਖੀ ਦਰਿਆ ਨੂੰ। ਆਖੋ ਵਾਹਿਗੁਰੂ। ਕੋਈ ਪਤਾ ਲੱਗਾ ਜੇ ਕਿ ਨਹੀਂ ਪੁੱਤਰ? ਪਤਾ ਲੱਗਾ ਨਹੀਂ? ਐਵੇਂ ਨਾ ਕਹਿਣਾ, ਫਿਰ ਦੱਸਦਾ। ਦਰਿਆ ਜਦੋਂ ਸਮੁੰਦਰ ਦੇ ਕੋਲ ਪਹੁੰਚ ਗਿਆ ਤੇ ਦਰਿਆ ਨੂੰ ਸਮੁੰਦਰ ਦਿਸ ਗਿਆ। ਉੱਥੇ ਖਲੋਤੇ ਸੀ ਹੁਣ ਬਹੁਤ ਸਾਰੇ ਸਿੱਖ ਪਿੱਠ ਕਰਕੇ ਇਹਦੇ ਵੱਲ। ਕਦੋਂ ਮਿਲਣਗੇ? ਕਦੋਂ ਮਿਲਣਗੇ? ਕੋਈ ਸ਼ਗਨ ਵਾਲੇ ਹੋਣਗੇ, ਵਿਆਹ ਵਾਲੇ ਹੋਣਗੇ, ਬਾਪੂ ਵੱਲ ਪਿੱਠ ਕਰਕੇ ਖਲੋਤੇ ਸੀ। ਦਰਿਆ ਨੂੰ ਦਿਸ ਜੇ ਸਮੁੰਦਰ ਪਿੱਠ ਕਰਕੇ ਖਲੋਂਦਾ? ਕਹਿੰਦਾ ਕਿਹੜੀ ਭਾਗਾਂ ਵਾਲੀ ਘੜੀ ਹੋਵੇ, ਵਿੱਚ ਡਿੱਗਾਂ ਜਾ ਕੇ ਸਦਾ ਲਈ ਅਮਰ ਹੋ ਜਾ, ਮੈਂ ਤੇਰੇ ਪੈਰ ਵੇਖਦਾ। ਆਖੋ ਵਾਹਿਗੁਰੂ। ਧਿਆਨ ਦਿਓ ਗੁਰੂ ਕੇ ਸਿੱਖੋ, ਮੇਰਾ ਤਰਲਾ ਹੈ ਧਿਆਨ ਦਿਓ। ਮੈਂ ਤੇਰੇ ਪੈਰਾਂ ਦੀ ਸਪੀਡ ਵੇਖਦਾ ਜਦੋਂ ਤੂੰ ਗੁਰਦੁਆਰੇ ਆਉਣਾ ਹੈ। ਤੇਰੇ ਪੈਰਾਂ ਚ ਉਹ ਜਾਦੂ ਨਹੀਂ ਵੀ ਤੇਰੀ ਰੂਹ ਰੂਪੀ ਦਰਿਆ ਨੂੰ ਸਮੁੰਦਰ ਦਿਸ ਪਿਆ ਹੋਵੇ ਤੇ ਉਹ ਕਲੋਲ ਕਰਦੀ ਜਾਂਦੀ ਹੋਵੇ। ਆਖੋ ਵਾਹਿਗੁਰੂ। ਲੋਕੋ ਮੇਰੀ ਮੰਜ਼ਿਲ ਮਿਲ ਗਈ, ਲੋਕੋ ਮੇਰੀ ਮੰਜ਼ਿਲ ਕੀ? ਗੁਰੂ। ਮੰਜ਼ਿਲ ਕੀ? ਗੁਰੂ। ਤੇ ਗੁਰੂ ਸਾਹਮਣੇ ਪ੍ਰਕਾਸ਼ਮਾਨ ਹੋਵੇ ਤੇ ਤੇਰੇ ਪੈਰਾਂ ਦੇ ਵਿੱਚ ਜਿੰਦਰੇ ਵੱਜੇ ਹੋਣ ਤੁਰਦਿਆਂ, ਇੱਥੋਂ ਪਤਾ ਲੱਗਾ ਤੈਨੂੰ ਦਰਿਆ ਜਿੰਨਾ ਪਿਆਰ ਨਹੀਂ ਪਿਆ। ਦਰਿਆ ਨੂੰ ਸਮੁੰਦਰ ਨਾਲ ਇੰਨਾ ਪਿਆਰ ਸੀ, ਇਤਰਾਂ ਕਲੋਲ ਕਰਦਾ ਗਿਆ, ਉਹਨੇ ਕਿਸੇ ਦੀ ਪਰਵਾਹ ਨਹੀਂ, ਇਤਰਾਂ ਜਾ ਕੇ ਪਿਆ, ਗਲਵਕੜੀਆਂ ਪੈ ਗਈਆਂ ਦਰਿਆ ਦੀਆਂ ਤੇ ਸਮੁੰਦਰ ਦੀਆਂ। ਦਰਿਆ ਨੇ ਆਖਿਆ ਮੇਰਾ ਪੁੱਤਰ ਆ ਗਿਆ, ਪੁੱਤਰ ਨੇ ਕਿਹਾ ਮੇਰਾ ਪਿਓ ਆ ਗਿਆ। ਤੂੰ ਕਦੀ ਕਹੇਗਾ ਇਤਰਾਂ? ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਕਦੀ ਕਹੇਗਾ ਮੇਰਾ ਪਿਓ ਮਿਲ ਗਿਆ? ਜਿੱਦਣ ਤੂੰ ਕਹੇਗਾ ਮੇਰਾ ਪਿਓ ਮਿਲ ਗਿਆ, ਸੱਚੀ ਮੁੱਚ ਇੱਥੋਂ ਵੀ ਆਵਾਜ਼ ਆਊਗੀ ਮੇਰਾ ਪੁੱਤਰ ਆ ਗਿਆ। ਤੂੰ ਵੀ ਜਨਮਾਂ ਦਾ ਵਿਛੜਿਆ, ਤੇਰਾ ਪੁੱਤਰ ਇੱਕ ਘੰਟਾ ਘਰ ਨਾ ਆਵੇ। ਆਖੋ ਵਾਹਿਗੁਰੂ। ਉੱਚੀ ਬੋਲੋ, ਇੱਕ ਘੰਟਾ ਤੇ ਮਾਂ ਪਿਓ ਨੂੰ ਕਿੰਨਾ ਫਿਕਰ ਪੈਂਦਾ। ਤੂੰ ਕਈ ਜਨਮਾਂ ਦਾ ਘਰੋਂ ਨਿਕਲਿਆ, ਕਈ ਇਹ ਨੀ ਡਿੱਗਦਾ ਹੋਊ? ਬੋਲੋ ਗੁਰੂ ਕੇ ਬਾਪ ਨੀ ਡਿੱਗਦਾ ਹੋਊਗਾ? ਤੇ ਸੱਚੀ ਮੁੱਚੀ ਕਿਤੇ ਇਤਰਾਂ ਜਿਤਰਾਂ ਦਰਿਆ ਹੱਸਦਾ ਆਉਂਦਾ ਸੀ, ਇਤਰਾਂ ਕਿਤੇ ਆ ਜਿਤਰਾਂ ਹਰਨ ਨੇ ਸ਼ਬਦ ਸੁਣਿਆ ਤੇ ਉਧਰ ਨੂੰ ਭੱਜ ਗਿਆ ਸਰਪਾਟੀ। ਨਾਦ ਕੁਰੰਕੇ ਵਿਦਿਆ ਸਨਮੁਖ ਉੱਠ ਧਾਵੇ, ਅੱਗੇ ਪ੍ਰਮਾਣ ਦਿੱਤਾ ਹੈ, ਭਵਰ ਲੋਭੀ ਕੁਸਮ ਬਾਸਕਾ। ਭਵਰ? ਭਵਰ ਮਣੇ ਬੋਲੋ, ਭੌਰਾ। ਲੋਭੀ ਹੈ ਕਾਹਦਾ? ਫੁੱਲ ਦੀ ਖੁਸ਼ਬੂ ਦਾ ਕਿ ਫੁੱਲ ਦਾ? ਆਖੋ ਵਾਹਿਗੁਰੂ। ਇਹ ਗੱਲ ਨੋਟ ਕਰਿਓ, ਜਿੰਨਾ ਚਿਰ ਫੁੱਲ ਚੋਂ ਖੁਸ਼ਬੂ ਨਹੀਂ ਨਾ ਉੱਠਦੀ ਉਹਨਾਂ ਚਿਰ ਭੌਰਾ ਨਹੀਂ ਜਿਉਂਦਾ। ਜਦੋਂ ਖੁਸ਼ਬੂ ਉੱਠੀ, ਕਿੰਨੇ ਦਿੱਤਾ ਮੈਸੇਜ ਜੀ ਭੌਰੇ ਨੂੰ? ਭੌਰਾ ਤੇ ਦੂਰ ਰਹਿੰਦਾ ਸੀ, ਕੋਈ ਚਿੱਠੀ ਗਈ, ਕੋਈ ਟੈਲੀਫੋਨ ਗਿਆ? ਬੋਲੋ ਨਾ ਧੀਓ, ਪਿਆਰ ਨਾਲ ਮੈਂ ਤੁਹਾਨੂੰ ਪੁੱਛਦਾ, ਮੇਰਾ ਪਰਿਵਾਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹੋ, ਮੈਨੂੰ ਇੱਕ ਵਾਰ ਦੱਸੋ
ਵੀ ਭਵਰਾ ਤਾਂ ਕਿਤੇ ਹੋਰ ਸੀ, ਮੈਸੇਜ ਕਿਹਨੇ ਦਿੱਤਾ ਵੀ ਫੁੱਲ ਦੇ ਵਿੱਚੋਂ ਖੁਸ਼ਬੂ ਉੱਠ ਖਲੋਤੀ? ਖੁਸ਼ਬੂ ਨੇ ਤੇ ਉਹ ਜਿਧਰੋਂ ਖੁਸ਼ਬੂ ਆਉਣ ਡਈ ਸੀ ਉਧਰ ਨੂੰ ਭੌਰਾ ਭੱਜ ਪਿਆ ਵੀ ਮੰਜ਼ਿਲ ਮਿਲੂ। ਸਿੱਖਾ ਇੱਥੇ ਤੇ ਬੜੇ 500 ਸਾਲ ਤੋਂ ਖੁਸ਼ਬੂ ਆ ਰਹੀ ਆ, ਤੂੰ ਤੇ ਬਹਿ ਹੀ ਬਨੋਟੀ ਫੁੱਲਾਂ ਤੇ ਗਿਉਂ। ਪਤਾ ਲੱਗ ਰਿਹਾ ਜੀ ਕਿੱਥੇ ਆ ਜਿਹੜੇ ਫੁੱਲ ਪਏ ਨੇ ਅਸਲੀ? ਬੋਲੋ 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 ਗੁਰੂ ਕੇ ਅਸਲੀ ਨੇ ਅਸਲੀ? ਵੈਸੇ ਇਹਨਾਂ ਦੀ ਕਿਤੇ ਜੜ ਲੱਗੀ ਸੁਗੰਧੀ ਹੈ? ਕਦੀ ਇਹਦੇ ਚੋਂ ਹੋਰ ਪੱਤਾ ਨਿਕਲੂ? ਜਿਨ੍ਹਾਂ ਚੋਂ ਗਰੋਥ ਨਹੀਂ ਹੁੰਦੀ ਸਮਝ ਲਓ ਮਰੇ ਨੇ, ਬਨੋਟੀ ਨੇ। ਜਿਨ੍ਹਾਂ ਦੇ ਨਾਲ ਜੜ ਚ ਜੜ ਲੱਗੀ ਨਾ ਧਰਤੀ ਚ, ਉਹਨਾਂ ਚ ਕੋਈ ਨਾ ਕੋਈ ਨਵਾਂ ਪੱਤਾ ਰੋਜ਼ ਦਾ ਫੁੱਟਦਾ। ਇੱਥੋਂ ਪਤਾ ਲੱਗਦਾ ਇਹਦੇ ਵਿੱਚ ਜੀਵਨ ਹੈਗਾ ਹੈ। ਜਿਹਦੇ ਕੋਲ ਆਪਣੇ ਕੋਲ ਜੀਵਨ ਨਹੀਂ, ਉਹ ਤੁਹਾਨੂੰ ਕਿਤਨਾ ਖੁਸ਼ਬੂ ਦੇ ਦੂ। ਸੱਚੀ ਮੁੱਚੀ ਤੁਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਛੱਡ ਕੇ ਉਹਨਾਂ ਲੋਕਾਂ ਤੇ ਤੁਰੇ ਫਿਰਦੇ ਜਿਨ੍ਹਾਂ ਚ ਆਪਣੀ ਕੋਈ ਖੁਸ਼ਬੂ ਨਹੀਂ ਹੈਗੀ। ਇਹ ਖਿੜਿਆ ਫੁੱਲ ਆ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚ ਬੜੀ ਸੁਗੰਧੀ। ਆਖੋ ਵਾਹਿਗੁਰੂ। ਇਹਦੀ ਸੁਗੰਧੀ ਭਾਈ ਮਤੀ ਦਾਸ ਨੇ ਲਈ ਤੇ ਸਨਮੁਖ ਉੱਠਤਾਵੇ, ਸਨਮੁਖ ਕੋਈ ਹੋਰ ਲਾਉਂਦੇ ਰਹੇ ਵੀ ਉਧਰ ਜਾਣਾ ਹੀ ਕਿ ਇਧਰ। ਇਧਰ ਬਨੋਟੀ ਫੁੱਲ ਸੀ, ਕਿਧਰ? ਔਰੰਗਜ਼ੇਬ ਵੱਲ। ਵੀ ਔਰੰਗਜ਼ੇਬ ਦੇ ਸੁੱਖ ਰਾਜ ਖੁਸ਼ੀਆਂ ਇਹਨਾਂ ਵਿੱਚ ਕੋਈ ਵੇਖਣ ਨੂੰ ਚੰਗੇ ਭਲੇ ਸੀ, ਮਗਰ ਇਹਨਾਂ ਵਿੱਚ ਕੋਈ ਖੁਸ਼ਬੂ ਨਹੀਂ ਸੀ। ਤੁਸੀਂ ਦੱਸੋ ਕਿ ਮੈਂ ਕੀ ਆਖਿਆ ਸੀ ਭਲਾ, ਕਿਹਨਾਂ ਵਿੱਚ ਖੁਸ਼ਬੂ ਨਹੀਂ ਸੀ? ਔਰੰਗਜ਼ੇਬ ਦੇ ਰਾਜ ਚ ਔਰੰਗਜ਼ੇਬ ਦੀਆਂ ਖੁਸ਼ੀਆਂ, ਔਰੰਗਜ਼ੇਬ ਦੇ ਲਾਲਚਾਂ ਵਿੱਚ ਕੋਈ। ਹੁਣ ਭਾਈ ਮਤੀ ਦਾਸ ਜਿਹੜਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦਾ ਭੌਰਾ ਸੀ ਤੇ ਰੋਜ਼ ਖੁਸ਼ਬੂ ਲੈਂਦਾ ਸੀ, ਸੁਗੰਧੀ ਲੈਂਦਾ ਸੀ, ਉਹਨੂੰ ਕਹਿਣ ਵੀ ਤੂੰ ਇਧਰੋਂ ਛੱਡ ਕੇ ਇਧਰ ਚੱਲ ਜਾ, ਉਹਨੇ ਕਹਿੰਦਾ ਇੱਥੇ ਤੇ ਖੁਸ਼ਬੂ ਹੀ ਹੈ ਨਹੀਂ, ਇਹ ਤੇ ਬਨੋਟੀ ਹੈ ਸਭ ਕੁਛ। ਤੇਰਾ ਦਿੱਲੀ ਦਾ ਰਾਜ ਵੀ, ਤੇਰੇ ਦਿੱਲੀ ਦੀਆਂ ਖੁਸ਼ੀਆਂ, ਤੇਰੇ ਦਿੱਲੀ ਦਾ ਹਰ ਸੁੱਖ ਕੀ ਆ? ਬਨੋਟੀ ਹੈ। ਤੇ ਬਨੋਟੀ ਚੀਜ਼ ਬਹੁਤੇ ਦਿਨ ਨਹੀਂ ਹੁੰਦੀ। ਜਿਹੜਾ ਗੁਰੂ ਦੇ ਚਰਨਾਂ ਦਾ ਪਿਆਰ ਹੈ ਉਹ ਸਦੀਵੀ ਪਿਆਰ ਆ। ਅੱਖ ਵਾਹਿਗੁਰੂ ਕੀ ਆ? ਇੱਕ ਗੱਲ ਹੋਰ ਨੋਟ ਕਰਿਓ, ਅੱਖ ਵਾਹਿਗੁਰੂ ਚੰਦ ਤੇ ਚਕੋਰ ਦੀ ਪ੍ਰੀਤੀ ਹੈ। ਹਾਜ਼ਰੋ ਚੰਦ ਤੇ ਇੱਕ ਪੱਖੀ ਕੇ ਦੋ ਪੱਖੀ ਹੈ? ਕਿਤਨਾ ਚਕੋਰ ਉਹਦੇ ਲਈ ਤੜਫਦੀ, ਚੰਦਰਮਾ ਨੂੰ ਉਹਦੀ ਕੋਈ ਪ੍ਰਵਾਹ ਨਹੀਂ। ਕਈ ਚਕੋਰਾਂ ਮਰ ਜਾਣ, ਕਦੀ ਉਹ ਤੁਰ ਕੇ ਉਹਦੇ ਕੋਲ ਨਹੀਂ ਆਇਆ, ਮਗਰ ਚੱਕਵੀ ਦੀ ਤੇ ਸੂਰਜ ਦੀ ਬੜੀ ਪ੍ਰੀਤੀ, ਮਗਰ ਸੂਰਜ ਕਦੀ ਚੱਕਵੀ ਕੋਲ ਨਹੀਂ ਚੱਲ ਕੇ ਆਇਆ। ਸਿੱਖਾ ਕਦੀ ਇੱਧਰ ਕਰਕੇ ਵੇਖ ਪਿਆਰ, ਇੱਥੇ ਪਿਆਰ ਕਰਕੇ ਵੇਖ, ਇਹ ਦੋ ਪੱਖੀ ਪਿਆਰੀ। ਆ ਹੁਣੇ ਸ਼ਬਦ ਸੁਣਦੇ ਆਇਆ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਤੂੰ ਇੱਕ ਕਦਮ ਤੁਰ, ਇੱਕ ਕਰੋੜਾਂ ਕਦਮ ਤੇਰੇ ਵੱਲ ਨੂੰ ਤੁਰਨ ਨੂੰ ਤਿਆਰ ਆ। ਕਿਤੇ ਥੋੜਾ ਜਿਹਾ ਹੋ ਤੇ ਸਹੀ ਗਾਂ, ਭਵਰ ਲੋਭੀ ਮਿਲ ਆਪ ਬੰਧਾਵੇ। ਆ ਥੋੜਾ ਜਿਹਾ ਹੋਰ ਧਿਆਨ ਦੇਈ, ਮਿਲ ਉਹਦੇ ਉੱਤੇ ਬਹਿਣ ਲੱਗਾ
ਕਮਲ ਦੇ ਫੁੱਲ ਦੇ ਭੌਰਾ ਬਹਿਣ ਲੱਗਾ ਤੇ ਪਿੱਛੋਂ ਲੋਕਾਂ ਆਵਾਜ਼ਾਂ ਦਿੱਤੀਆਂ, ਉਹ ਕੀ ਕਰਨ ਲੱਗਾ ਏ, ਇਹ ਗਲਤੀ ਨਾ ਕਰੀ, ਇਹ ਬੜਾ ਬੇਵਫਾਈ, ਕਮਲ ਦਾ ਫੁੱਲ ਬੜਾ ਬੇਵਫਾਈ। ਤੇ ਜਿਹਦਾ ਪਿਆਰ ਹੁੰਦਾ ਉਹ ਲੋਕਾਂ ਦੀ ਆਵਾਜ਼ ਨਹੀਂ ਸੁਣਦਾ, ਆਖੋ ਵਾਹਿਗੁਰੂ, ਜਿਹਦਾ ਉਹ ਲੋਕਾਂ ਦੀਆਂ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਪਿੱਛੋਂ ਆਵਾਜ਼ਾਂ ਦਿੱਤੀਆਂ, ਇਹ ਬੜਾ ਬੇਵਫਾਈ, ਉਹਨੇ ਆਵਾਜ਼ ਹੀ ਨਾ ਸੁਣੀ। ਕਹਿਣ ਵਾਲਾ ਇਹ ਕਹਿਣਾ ਚਾਹੁੰਦਾ ਸੀ, ਸੁਣੇ, ਕਹਿਣ ਵਾਲਾ ਇਹ ਕਹਿਣਾ ਚਾਹੁੰਦਾ ਸੀ, ਜਿਹਦੇ ਤੇ ਜਾ ਕੇ ਬਹਿ ਚੱਲਿਆ ਨਾ ਤੂੰ, ਤੂੰ ਪੀਣਾ ਰਸ, ਤੂੰ ਹੋ ਜਾਣਾ ਉਹਦੇ ਰਸ ਵਿਚ ਪਾਗਲ, ਆਖੋ ਵਾਹਿਗੁਰੂ, ਤੈਨੂੰ ਉੱਡਣ ਦਾ ਚੇਤਾ ਹੀ ਭੁੱਲ ਜਾਣਾ। ਤੇ ਇਹਨੇ ਜਿਉਂ ਸੂਰਜ ਇਹਦੀਆਂ ਅੱਖਾਂ ਤੋਂ ਪਰੇ ਹੋਇਆ, ਇਹਨੇ ਪੱਤੀਆਂ ਤੇ ਵਿੱਚੇ ਹੀ ਘੁੱਟ ਕੇ ਮਾਰ ਦੇਣਾ ਈ, ਧਿਆਨ ਦਿਓ ਪੁੱਤ, ਵਿੱਚੇ ਹੀ ਘੁੱਟ ਕੇ। ਤੇ ਭਵਰੇ ਨੇ ਅੱਗੋਂ ਪਤਾ ਨੀ ਕਿੰਨੀ ਮਸਤੀ ਚ ਆਖਿਆ, ਉਹ ਦਿਨ ਵੀ ਕਦੀ ਭਾਗਾਂ ਵਾਲਾ ਆਊਗਾ, ਨਹੀਂ ਨਹੀਂ ਪਤਾ ਲੱਗਾ, ਉਹ ਦਿਨ ਵੀ ਕਦੀ ਜਿਹਦੇ ਨਾਲ ਮੈਂ ਪਿਆਰ ਕਰਦਾ, ਉਹ ਐਸੀ ਗਲਵਕੜੀ ਪਾਊਗਾ, ਐਸੀ ਗਲਵਕੜੀ ਪਾਊਗਾ, ਆਪਣੀ ਗਲਵਕੜੀ ਚ ਮੈਨੂੰ ਛੱਡੂਗਾ ਹੀ ਨਹੀਂ, ਮੈਂ ਉਹਦੇ ਵਿੱਚ ਸਮਾ ਜੂੰਗਾ, ਉਹ ਮੇਰੇ ਵਿੱਚ ਸਮਾ ਜੂਗਾ। ਸਿੱਖਾਂ ਨੇ ਪਿਆਰ ਨਹੀਂ ਪੈਦਾ ਹੋ ਰਿਹਾ, ਆਠ ਪੈਰ ਪ੍ਰਭ ਜਾਨੋ, ਅੱਠੇ ਪੈਰ ਰੱਬ ਨੂੰ, ਰਾਤ ਨੂੰ ਸੁੱਤੀ ਪਈ ਮੰਜੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਚੇਤਾ ਜਿੱਦਣ ਰੱਖਣਾ ਸ਼ੁਰੂ ਕਰਤਾ, ਮੇਰੇ ਸਿਰ ਤੋਂ ਕੱਪੜਾ ਤਾਂ ਨਹੀਂ ਲੱਥ ਗਿਆ, ਇਹ ਚੇਤਾ ਰੱਖਣਾ ਵੀ ਮੇਰਾ ਰਾਤ ਨੂੰ ਸੁੱਤੀ ਪਈ ਦਾ ਸਿਰ ਤਾਂ ਨਹੀਂ ਨੰਗਾ ਹੋ ਗਿਆ, ਆਖੋ ਵਾਹਿਗੁਰੂ, ਪਤਾ ਲੱਗਾ ਜੀ, ਸਿਰ ਜਦੋਂ ਤੂੰ ਬਾਰ ਬਾਰ ਆਪਣਾ ਸਿਰ ਇਸ ਤਰ੍ਹਾਂ ਚੈੱਕ ਕਰੇਗੀ ਤੇ ਸਮਝ ਲੈ ਤੈਨੂੰ ਕਿਸੇ ਨਾਲ ਪਿਆਰ ਆ। ਗੁਰੂ ਗੋਬਿੰਦ ਸਿੰਘ ਨਾਲ ਪ੍ਰਸ਼ਾਦਾ ਛਕਣ ਲੱਗਾ, ਜਦੋਂ ਪ੍ਰਸ਼ਾਦਾ ਛਕੇਗਾ ਤੇ ਤੈਨੂੰ ਚੇਤਾ ਆ ਜੇ ਮੇਰੇ ਗੁਰੂ ਦਾ ਹੁਕਮ ਆ, ਨਗਨ ਸੀਸ ਜੋ ਬਾਹਰ ਫਿਰੇ, ਬੋਲੋ ਸਾਰੇ ਬੋਲਿਆ ਕਰੋ, ਨਗਨ ਸੀਸ ਜੋ ਜਿਹੜਾ ਬਾਜ਼ਾਰ ਚ ਨੰਗੇ ਸਿਰ ਤੁਰਿਆ ਫਿਰੇ, ਨਗਨ ਸੀਸ ਜੋ ਖਾਏ, ਪਤਾ ਲੱਗ ਰਿਹਾ ਜੀ, ਨਗਨ ਸੀਸ ਜੋ ਜਿਹੜਾ ਪ੍ਰਸ਼ਾਦਾ ਕਹਿ ਗੋਬਿੰਦ ਸਿੰਘ ਲਾਲ ਜੀ ਤਾਂ ਕਾ ਕੱਛ ਨਾ ਵਸਾਏ, ਕਹਿੰਦੇ ਸੱਪ ਦਾ ਭਰੋਸਾ ਕਰ ਲਿਓ, ਉਹਦਾ ਭਰੋਸਾ ਨਾ ਕਰਿਓ, ਜਿੰਨੇ ਇੰਨਾ ਹੀ ਚੇਤਾ ਭੁੱਲ ਗਿਆ ਵੀ ਮੈਨੂੰ ਰੋਟੀ ਦਿੱਤੀ ਕਿੰਨੇ ਆ। ਪਿਆਰ ਇਹਨੂੰ ਕਹਿੰਦੇ ਅੱਠੇ ਪੈਰ, ਪਿਆਰ ਇਹਨੂੰ ਕਹਿੰਦੇ ਆ ਰੋਟੀ ਖਾਣ ਲੱਗਿਆਂ ਤੁਹਾਨੂੰ ਚੇਤਾ ਆਵੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਨੰਗੇ ਸਿਰ ਪ੍ਰਸ਼ਾਦਾ ਨਹੀਂ ਛਕਣਾ, ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਸਭ ਪਤਾ ਹੈ ਸਿੱਖ ਨੂੰ। ਇਹਨੂੰ ਪ੍ਰੀਤੀ ਕਹਿੰਦੇ, ਭਵਰ ਲੋਭੀ ਉਸਮ ਬਾਸਕਾ ਮਿਲ ਆਪ ਬੰਧਾਵੇ। ਤੇ ਪੰਜਵੇਂ ਪ੍ਰਮਾਣ ਵਿੱਚ ਸਰਕਾਰ ਨੇ ਲਿਖਿਆ ਚਾਰ ਦੇ ਕੇ ਨਾ, ਕਿਹਦਾ ਕਿਹਦਾ, ਮੱਛੀ ਦਾ, ਭੌਰੇ ਦਾ, ਹਰਨ ਦਾ, ਇਹ ਸਾਰੇ ਪ੍ਰਮਾਣ ਦੇ ਕੇ। ਤੇ ਸਾਹਿਬ ਕਹਿੰਦੇ ਤਿਉਂ, ਪਹਿਲਿਆਂ ਚ ਲਿਖਿਆ ਜਿਉਂ, ਨਹੀਂ ਪਤਾ ਲੱਗਾ ਕੀ, ਤੇ ਪਿਛਲੀ ਚ ਲਿਖਿਆ ਤਿਉਂ,
ਇਸ ਤਰ੍ਹਾਂ ਉਸੇ ਤਰ੍ਹਾਂ ਸੰਤ ਜਨਾ ਹਰਪ੍ਰੀਤ ਹੈ, ਸਾਧੂਆਂ ਦੀ ਵੀ ਰੱਬ ਨਾਲ ਦੇਖ ਦਰਸ ਅਗਾਵੈ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪੀ ਕੇ ਰੱਜਦੀ, ਭੌਰਾ ਫੁੱਲ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਇਸ ਤਰ੍ਹਾਂ ਸਿੱਖ ਗੁਰੂ ਨੂੰ ਵੇਖ ਕੇ ਖੁਸ਼ ਹੁੰਦਾ। ਚੰਗੀ ਤਰ੍ਹਾਂ ਸੁਣ ਲਾ, ਬਸ ਮੋੜਾ ਵਾਂ ਤੇ ਇੱਕ ਬਚਨ ਇੱਕ ਮੈਸੇਜ ਹੋਰ ਦੇ ਕੇ ਜਾਊਂਗਾ। ਇਸ ਤਰ੍ਹਾਂ ਬੈਠੋ ਸੋਹਣੀ ਤਰ੍ਹਾਂ ਪਿਆਰ ਨਾਲ। ਕਬੀਰ, ਸੁਖ ਨਾ ਇਹ ਯੁੱਗ, ਸੁਖ ਇਸ ਜਗਤ ਵਿੱਚ ਸੁਖ ਨਹੀਂ ਮਿਲ ਸਕਦੇ। ਕਰੇ ਜੋ ਬਹੁਤੇ ਉਮੀਦ, ਕੀ ਆਖਿਆ ਇਹਦਾ ਮਤਲਬ ਕੀ ਹੈ? ਬੜੇ ਮਿੱਤਰ, ਤੇਰੀ ਧੀ ਦਾ ਵਿਆਹ ਹੋਵੇ ਨਾ ਤੇ ਤੂੰ ਕਾਪੀ ਪੈਨਸਲ ਲੈ ਕੇ ਲਿਸਟ ਬਣਾਉਣਾ। ਹੁਣ ਤੇ ਫੋਨਾਂ ਤੇ ਬਣਾ ਲੈਂਦੇ, ਅੱਗੇ ਕੀ ਕਰਦੇ ਸੀ? ਕਾਪੀ ਪੈਨਸਲ ਲੈ ਕੇ ਜਿਹਨਾਂ ਜਿਹਨਾਂ ਨੂੰ ਕਾਰਡ ਦੇਣੇ ਉਹਨਾਂ ਦੀ ਪਹਿਲੋਂ ਲਿਸਟ ਬਣਾਉਂਦੇ। ਤੇ ਸੱਚੀ ਮੁੱਚੀ ਤੂੰ ਲਿਸਟ ਬਣਾਉਣ ਪਿਓ, ਪਹਿਲੋਂ ਕਿਹਦਾ ਨਾਂ ਲਿਖੀ ਹੈ ਜੀ? ਜਿਹੜਾ ਤੇਰਾ ਬਹੁਤ ਪਿਆਰਾ ਦੋਸਤ ਹੁੰਦਾ ਉਹਦਾ ਤੂੰ ਨਾਮ ਲਿਖਦਾ, ਫਿਰ ਦੂਸਰੇ ਦਾ, ਤੀਸਰੇ ਦਾ। ਸੱਚੀ ਮੁੱਚੀ 100-150 ਮਿੱਤਰ ਦੀ ਲਿਸਟ ਬਣ ਗਈ, ਮਗਰ ਉਹਦੀ ਨਾ ਬਣੀ। ਪ੍ਰਭ ਸਿਓ ਲਾਗ ਰਹੇ ਹੋ ਮੇਰਾ, ਆਦੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ। ਜਿਹੜਾ ਆਦ ਤੋਂ ਅੰਤ ਤੱਕ ਤੇਰਾ ਦੋਸਤ ਸੀ ਉਹਦਾ ਨਾਂ ਹੀ ਨਾ ਲਿਖਿਆ ਤੂੰ, ਕੀ ਲਿਖਿਆ ਹੁੰਦਾ ਜੇ? ਬਹੁਤ ਭਾਗਾਂ ਵਾਲੇ ਲੋਕੀ ਹੁੰਦੇ ਜਿਹੜੇ ਸਭ ਤੋਂ ਪਹਿਲੇ ਕਾਰਡ ਦੇ ਉੱਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਨਾਂ ਲਿਖਦੇ। ਸਿੱਖਾ ਦੂਰੀ ਤੇ ਕਿਤੇ ਬਣ ਗਈ ਆ ਨਾ, ਉਹ ਕਹਿੰਦੇ ਸੀ ਆਠ ਪੈਰ ਪ੍ਰਭ ਜਾਣੋ। ਇੱਕ ਨੇੜੇ ਸ਼ਬਦ ਆ, ਇੱਕ ਦੂਰ ਸ਼ਬਦ ਆ। ਦੂਰੀਆਂ ਤੇ ਕਿਤੇ ਬਣ ਗਈਆਂ, ਮੰਨਦੇ ਹੋ ਨਾ? ਮੰਨਦੇ ਹੋ ਗੁਰੂ ਕੇ ਸਿੱਖੋ ਭੈਣੋ? ਮੰਨਦੇ ਹੋ ਨਾ? ਦੂਰੀਆਂ ਤੇ ਕਿਤੇ ਵੱਧ ਹੀ ਗਈਆਂ ਨੇ ਨਾ, ਤੇ ਫਿਰ ਸੁਖ ਲੱਭਦਾ ਹੈ। ਪਰਮੇਸ਼ਰ ਤੇ ਵਿਆਪਨ ਸਭੇ, ਸਭ ਬਿਮਾਰੀਆਂ ਚੰਬੜੀਆਂ ਨੇ, ਸਭ ਬਿਮਾਰੀਆਂ, ਸਭ ਪਰੇਸ਼ਾਨੀਆਂ। ਧੀ ਵੱਲੋਂ ਦੁਖੀ, ਪੁੱਤ ਵੱਲੋਂ ਦੁਖੀ, ਨੌਂ ਵੱਲੋਂ ਦੁਖੀ, ਸਰੀਰ ਵੱਲੋਂ ਦੁਖੀ, ਕਾਰੋਬਾਰ ਵੱਲੋਂ ਦੁਖੀ। ਕਹਿੰਦਾ ਮੈਂ ਮਾਰੀ ਜਾਣਾ। ਕਿਉਂ ਮਰਦਾ ਹੈ? ਮਰਦਾ ਕਿਉਂ? ਤੈਨੂੰ ਸਰੀਰ ਰੱਬ ਨੇ ਮਰਨ ਨੂੰ ਦਿੱਤਾ ਹੈ? ਆਖਾਂ ਜੀਵਾਂ, ਬੋਲੋ। ਇਹ ਮਰਨ ਦੀ ਘੜੀ ਤੇਰੇ ਤੱਕ ਤਾਂ ਆਈ ਕਿਉਂਕਿ ਤੂੰ ਰੱਬ ਨੂੰ ਵਿਸਰ ਗਿਆ। ਚੇਤੇ ਕਰ ਲਾ, ਜੀਵਨ ਮਿਲਜੂ। ਬੜੇ ਸੋਹਣੇ ਬਚਨ ਨੇ। ਆਖੋ ਵਾਹਿਗੁਰੂ। ਕਬੀਰ, ਸੁਖ ਨਾ ਇਹ ਯੁੱਗ, ਕਰੇ ਜੋ ਬਹੁਤੇ ਮੀਤ। ਬੋਲੋ, ਬੜਾ ਹੌਲੀ ਬੋਲਦੇ ਹੋ। ਕਰੇ ਜੋ ਬਹੁਤੇ ਮੀਤ, ਪਤਾ ਲੱਗ ਗਿਆ ਜੀ? ਜੋ ਚਿੱਤ ਰੱਖੇ ਏਕ ਸਿਉ, ਜੇ ਕਿਤੇ ਚੇਤੇ ਤੇ ਸੁਖ ਪਾਵੈ ਨੀਤ। ਬੋਲੋ, ਤੇ ਨਿਤ ਪ੍ਰਤੀ ਹਰ ਘੜੀ ਸੁਖੀ ਰਵੇ ਜੇ ਤੂੰ ਆ ਚੇਤੇ ਰੱਖੇ। ਵਾਹਿਗੁਰੂ, 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 ਵਾਹਿਗੁਰੂ। ਸਾਰੇ ਬੋਲੋ ਪਿਆਰ ਨਾਲ, ਬੋਲੋ ਜਿਹਦੇ ਨਾਲ ਪਿਆਰ ਹੋਵੇ ਦਾ ਨਾਮ ਬੜੇ ਪਿਆਰ ਨਾਲ ਲਈਦਾ। ਵਾਹਿਗੁਰੂ, 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 ਵਾਹਿਗੁਰੂ।
ਰੱਬ ਦਾ ਨਾਮ ਹੈ ਪਿਆਰ ਨਾਲ ਲੈ। ਸਤਨਾਮ ਸ੍ਰੀ ਵਾਹਿਗੁਰੂ। ਰਾਤੀ ਆਪ ਜੀ ਨੇ ਸੁਣਿਆ ਸੀ, ਧਿਆਨ ਕਰਿਓ। ਮਨ ਮੇਰੇ ਗਹੋ ਓਲਾ ਤੁਝੇ ਨਾ ਲਾਗੇ। ਇਹ ਨਾਮ ਦਾ ਓਲਾ, ਇਹ ਨਾਮ ਦਾ ਆਸਰਾ ਤੈਨੂੰ ਇਸ ਤਰ੍ਹਾਂ ਜ਼ਿੰਦਗੀ ਨੂੰ ਸਵਾਰੂਗਾ ਜਿਉਂ ਬਹੁਤ ਭੈ ਸਾਗਰ ਮਾਹੇ। ਕੋਈ ਬੰਦਾ ਅੱਧ ਸਮੁੰਦਰ ਚ ਡਿੱਗ ਪਏ, ਪਕੜ ਰਹੇ ਜੀ, ਅੱਧ ਸਮੁੰਦਰ ਚ ਡਿੱਗ ਪਏ, ਡੁੱਬਣ ਲੱਗ ਪਏ, ਤੇ ਉਹਦੇ ਕੋਲ ਚਾ ਜਾਣ ਕੇ ਖਲੋ ਜਾਏ, ਨਹੀਂ ਪਤਾ ਲੱਗਾ ਉਧਰੋਂ ਡੁੱਬਣ ਲੱਗੇ ਤੇ ਉਧਰੋਂ ਕੋਲ ਆਣ ਕੇ ਜਹਾਜ਼ ਖਲੋ ਜਾਏ। ਜਿਸ ਤਰ੍ਹਾਂ ਇੱਕ ਡੁੱਬਦੇ ਨੂੰ ਜਹਾਜ਼ ਦਾ ਪਰਵਾਸਾ ਹੈ, ਮਨ ਮੇਰੇ ਗਹੋ ਹਰਨਾਮ ਕਾ ਓਲਾ, ਮੇਰਿਆ ਮਨ ਨਾਮ ਦੇ ਆਸਰੇ ਚ ਜੀਆ ਕਰ। ਇਹ ਤੇਰੀ ਇਸ ਤਰ੍ਹਾਂ ਮਦਦ ਕਰੂਗਾ ਜਿਸ ਤਰ੍ਹਾਂ ਡੁੱਬਦੇ ਬੰਦੇ ਨੂੰ, ਜਿਉਂ ਬਹੁਤ ਭੈ ਸਾਗਰ ਮਾਹੇ। ਬੋਲੋ ਭਲਾ, ਅੰਧਕਾਰ ਦੀਪਕ ਦਿਪਾਏ, ਹਨੇਰੇ ਦੇ ਵਿੱਚ ਜਿਸ ਤਰ੍ਹਾਂ ਦੀਵਾ ਮਿਲ ਜਾਏ ਤੇ ਬੰਦੇ ਨੂੰ ਪ੍ਰਕਾਸ਼ ਹੋ ਜਾਂਦਾ ਹੈ, ਡੁੱਬਦੇ ਨੂੰ ਜਹਾਜ਼ ਮਿਲ ਜਾਏ ਤੇ ਬੰਦੇ ਨੂੰ ਹੌਸਲਾ ਹੋ ਜਾਂਦਾ ਹੈ, ਇਸ ਤਰ੍ਹਾਂ ਤੇਰੀ ਜ਼ਿੰਦਗੀ ਚ ਹੌਸਲਾ ਹੋਊਗਾ। ਮਨ ਮੇਰੇ ਗਹੋ ਹਰ ਨਾਮ ਕਾ, ਇਹਦੇ ਨਾਲ ਜੁੜ, ਇਹਦੇ ਆਸਰੇ ਚ ਜੀਆ ਕਰ। ਪੈਸੇ ਦੇ ਆਸਰੇ ਚ ਜੀ ਕੇ ਵੇਖੇ ਵੇ ਮੈਂ, ਜਿੰਨੇ ਜਿੰਨੇ ਲੋਕੀ ਪੈਸੇ ਦੇ ਆਸਰੇ ਚ ਜਿੰਦੇ ਡਿਪਰੈਸ਼ਨ ਦੇ ਰੋਗਾਂ ਨਾਲ ਮਰ ਗਏ। ਜਿੰਨਾ ਆਇਆ ਜਿਸ ਗ੍ਰਹਿ ਬਹੁਤ, ਬੋਲੋ ਉੱਚੀ ਬੋਲੋ, ਗ੍ਰਹਿ ਮਿਲੇ ਜਿਹੜੇ ਘਰ ਚ ਬਹੁਤ ਮਾਇਆ ਨਾ, ਤਿਸੇ ਗ੍ਰਹਿ ਚਿੰਤਾ, ਪੈਸਾ ਆਇਆ ਤੇ ਚਿੰਤਾ ਵੀ ਨਾਲ ਹੀ ਨਾਲ ਲੈ ਕੇ ਆਇਆ। ਤੂੰ ਪਰਮੇਸ਼ਵਰ ਦਾ ਨਾਮ ਜਪ, ਅੰਧਕਾਰ ਦੀਪਕ ਦਿਪਾਹੇ, ਅਗਨ ਸੀ ਸੱਤਾ ਸੀਤ ਕਾ ਲਾਹਸ ਦੁੱਖ। ਬਹੁਤ ਠੰਡ ਲੱਗਦੀ ਹੋਵੇ ਤੇ ਅੱਗ ਬਾਲ ਲਈਏ ਤੇ ਜਿਸ ਤਰ੍ਹਾਂ ਉਹਦੇ ਆਸਰੇ ਨਾਲ ਠੰਡ ਘਟ ਜਾਂਦੀ, ਇਸ ਤਰ੍ਹਾਂ ਹੀ ਤੇਰਾ ਹਰ ਡਰ ਦੂਰ ਹੋ ਜਾਊਗਾ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਪਕੜੇ ਪਕੜੇ ਪਿਆਰ ਨਾਲ ਰੱਖੋ। ਮਨ ਮੇਰੇ ਗਹੋ, ਗਹੋ ਦਾ ਮਤਲਬ ਕੀ, ਹੱਥ ਖੜਾ ਕਰੋ ਪਕੜਨਾ। ਮੇਰਿਆ ਮਨ ਨਾਮ ਦਾ ਆਸਰਾ ਫੜ, ਨਾਮ ਦੇ ਆਸਰੇ ਚ ਜੀ। ਜਿਸ ਤਰ੍ਹਾਂ ਸਮੁੰਦਰ ਵਿੱਚ ਜਹਾਜ਼ ਮਿਲਦੇ ਤੇ ਆਸਰਾ ਮਿਲ ਜਾਂਦਾ ਹੈ, ਹਨੇਰੇ ਚ ਦੀਵਾ ਮਿਲ ਜਾਏ ਤੇ ਆਸਰਾ ਮਿਲ ਜਾਂਦਾ ਹੈ, ਠੰਡ ਵਿੱਚ ਅੱਗ ਮਿਲ ਜਾਏ ਤੇ ਆਸਰਾ ਮਿਲ ਜਾਂਦਾ ਹੈ। ਨਾਮ ਜਪਤ ਮਨ ਹੋਵਤ ਸੂਖ, ਬੋਲੋ। ਇਸੇ ਤਰ੍ਹਾਂ ਕਿੰਨਾ ਦੁਖੀ ਬੰਦਾ ਹੋਵੇ ਤੇ ਨਾਮ ਜਪਣਾ ਸ਼ੁਰੂ ਕਰਦੇ, ਉਹਦੇ ਮਨ ਚ ਸੁਖ ਆਉਣਗੇ, ਸਕੂਨ ਆਉਣਾ ਸ਼ੁਰੂ ਹੋ ਜਾਊਗਾ। ਵੇਖੋ ਕਿੰਨੇ ਸੋਹਣੇ ਬਚਨ ਆ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਤੱਤੀ ਵਾਹ ਦਾ ਝੋਲਾ ਵੀ ਨੀ ਲੱਗੂਗਾ, ਵਾਹਿਗੁਰੂ 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 ਵਾਹਿਗੁਰੂ। ਗੁਰੂ ਦਾ ਕਹਿਣਾ ਮੰਨ ਕੇ ਜਪੋ। ਪਰਮਜੀਤ ਸਿੰਘ ਨਹੀਂ ਕਹਿ ਰਿਹਾ, ਗੁਰੂ ਕਹਿ ਰਿਹਾ।
ਸਤਨਾਮ ਸ੍ਰੀ ਵਾਹਿਗੁਰੂ। ਇੱਕ ਨਾ ਹਰਨੀ ਦੀ ਕਹਾਣੀ ਕਿਸੇ ਪ੍ਰੇਮੀ ਨੇ ਸੁਣਾਈ। ਆਖੋ ਵਾਹਿਗੁਰੂ। ਕਹਿੰਦੇ ਇੱਕ ਹਰਨੀ, ਧਿਆਨ ਦਿਓ, ਜੰਗਲ ਵਿੱਚ ਚੁਗਣ ਗਈ, ਗਰਭਵਤੀ ਸੀ, ਬੱਚੇ ਆਉਣ ਵਾਲੇ ਸੀ। ਆਖੋ ਵਾਹਿਗੁਰੂ। ਚੁਗਦੀ ਚੁਗਦੀ ਨੇ ਤਾਂ ਮੂੰਹ ਚੁੱਕ ਕੇ ਵੇਖਿਆ ਕਿੰਨੇ, ਤੇ ਅੱਗੇ ਜਾਲ ਲੱਗਾ, ਕਿੰਨੇ ਵੇਖਿਆ ਤੇ ਅੱਗੇ, ਇੱਧਰ ਨੂੰ ਵੇਖਿਆ ਅੱਗੇ ਕੁੱਤਾ ਖਲੋਤਾ, ਇੱਧਰ ਨੂੰ ਵੇਖਿਆ ਤੇ ਜੰਗਲ ਨੂੰ ਸ਼ਿਕਾਰੀ ਨੇ ਅੱਗ ਲਾਈ, ਚੌਥੇ ਪਾਸੇ ਵੇਖਿਆ ਤੇ ਤੀਰ ਕਮਾਨ ਲੈ ਕੇ। ਕਦੀ ਨਾ ਕਦੀ ਤੁਸੀਂ ਵੀ ਇਸ ਹਾਲਤ ਚ ਫਸਦੇ ਹੋ, ਜਦੋਂ ਚਾਰ ਚੁਫੇਰੇ ਘਿਰ ਜਾਂਦੇ ਹੋ ਤੁਸੀਂ। ਇਹ ਹਿਰਨੀ ਤੇ ਇੱਕ ਪ੍ਰਮਾਣ ਆ, ਹਿਰਨੀ ਕੋਲੋਂ ਕੁਝ ਸਿੱਖੋ। ਆਖੋ ਵਾਹਿਗੁਰੂ। ਹਿਰਨੀ ਨੇ ਤਾਂ ਚੁੱਕ ਕੇ ਮੂੰਹ ਵੇਖਿਆ ਤੇ ਅੱਗੇ ਕੀ ਸੀ, ਜਾਲ। ਬੋਲੋ ਕੀ ਸੀ? ਐਨੂੰ ਦੌੜਦੀ ਤੇ ਜਾਲ ਚ ਫਸਦੀ, ਐਨੂੰ ਦੌੜਦੀ ਤੇ ਅੱਗ ਸੜਦੀ, ਐਨੂੰ ਦੌੜਦੀ ਤੇ ਕੁੱਤਾ ਪਾੜਦਾ, ਐਨੂੰ ਦੌੜਦੀ ਤੇ ਸ਼ਿਕਾਰੀ। ਹੁਣ ਚਾਰੇ ਪਾਸੇ ਦੇ ਘਿਰ ਗਏ ਕਿਹਦੇ? ਕਈ ਵਾਰ ਤੁਸੀਂ ਸੋਚਿਓ ਘਿਰੇ ਤੁਸੀਂ ਵੀ ਹੋ। ਧੀ ਆਖੇ ਨਹੀਂ ਲੱਗਦੀ, ਪੁੱਤਰ ਆਖੇ ਨਹੀਂ ਲੱਗਦਾ, ਦੇਰ ਠੀਕ ਨਹੀਂ ਗੀ, ਪਰੇਸ਼ਾਨੀਆਂ ਨੇ ਮੈਨੂੰ ਘੇਰ ਲਿਆ ਹੈ। ਚਾਰੇ ਚੁਫੇਰੇ ਤੁਸੀਂ ਵੀ ਘਿਰ ਜਾਂਦੇ ਹੋ, ਇਸ ਤਰ੍ਹਾਂ ਦੀ ਘੜੀ ਮਹਿਸੂਸ ਕਰੋ ਤੇ ਫਿਰ ਹਰਨੀ ਕੋਲੋਂ ਸਿੱਖਿਓ। ਮੇਰੀ ਹੱਥ ਜੋੜ ਕੇ ਬੇਨਤੀ, ਘਬਰਾਇਓ ਨਾ, ਹਰਨੀ ਕੋਲੋਂ ਸਿੱਖਿਓ। ਹਰਨੀ ਨੇ ਇੱਧਰ ਵੀ ਨਹੀਂ ਵੇਖਿਆ, ਫਿਰ ਵੀ ਇੱਧਰ ਤੇ ਜਾਲ ਆ, ਇੱਧਰ ਕੁੱਤਾ ਹੈ, ਇੱਧਰ ਸ਼ਿਕਾਰੀ ਆ, ਇੱਧਰ ਅੱਗ ਲੱਗੀ। ਸਮਝ ਲਿਆ ਕੁਛ? ਰੱਖ ਲਿਓ ਪਤ ਮੇਰੀ ਹਰਜੂ, ਰੱਖ ਲਿਓ ਪਤ ਮੇਰੀ, ਰੱਖ ਰੱਖ ਲਿਓ ਪਤ ਮੇਰੀ ਹਰਜੂ, ਰੱਖ ਲਿਓ ਪਤ ਮੇਰੀ, ਰੱਖ ਇੱਕ ਛਿਨ ਹੋਰ ਲੈ ਕੇ ਸਮਾਪਤੀ ਕਰੂੰਗਾ। ਇਸ ਵੇਲੇ ਜਿਹੜੇ ਜਿਹੜੇ ਤੁਹਾਡੇ ਚੋਂ ਕੌਮ ਨਾਲ ਪਿਆਰ ਕਰਦੇ, ਸਿੱਖ ਕੌਮ ਨਾਲ ਪਿਆਰ ਕਰਦੇ ਹੋ, ਵੇਖੋ ਚਾਰ ਚੁਫੇਰੇ ਕਿਤੇ ਵਿਕਾਰਾਂ ਦੀ, ਨਸ਼ਿਆਂ ਦੀ ਅੱਗ ਲੱਗ ਗਈ, ਕਿਤੇ ਕੁੱਤੇ ਤੁਹਾਡੇ ਵੱਲ ਮੂੰਹ ਅੱਡ ਕੇ ਬੈਠੇ, ਮਹਿਸੂਸ ਕਰਦੇ ਹੋ? ਧਿਆਨ ਦਿਓ ਕਿ ਕਦੀ ਚੇਤਾ ਹੀ ਨਹੀਂ ਕੀਤਾ। ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੂੰ ਕਿਸੇ ਨੇ ਪੁੱਛਿਆ, ਆਖੋ ਵਾਹਿਗੁਰੂ, ਸੁਣਿਆ ਨਾ, ਵੀ ਤੁਹਾਡੇ ਵਰਗੇ ਨਾਮ ਜਪਣ ਵਾਲੇ ਨੂੰ ਤੁਸੀਂ ਮਿੱਠਾ ਨਹੀਂ ਖਾਂਦੇ, ਕੋਈ ਦੁੱਧ ਨਹੀਂ ਪੀਂਦੇ, ਫਰੂਟ ਨਹੀਂ ਬਹੁਤਾ ਖਾਂਦੇ, ਸ਼ੂਗਰ ਕਿਉਂ ਗਈ? ਕਹਿੰਦਾ ਸਾਡੀ ਸ਼ੂਗਰ ਦਾ ਕਾਰਨ ਇਸ ਪੰਥ ਦੀ ਹਾਲਤ ਆ।
ਜਿਹੜੇ ਘਰ ਚ ਜਾ ਕੇ ਠਹਿਰਦਾ ਪੁੱਛਦਾ ਨਿਤਨੇਮ ਕਰਦੇ ਉਹ ਕਹਿੰਦੇ ਨਹੀਂ ਨਹੀਂ ਪਤਾ ਲੱਗਾ ਸਿੱਖਾ ਕਦੀ ਕਰ ਹਾਂ ਪਿਆਰ ਗੁਰੂ ਪੰਥ ਨਾਲ ਫਿਰ ਤੈਨੂੰ ਪਤਾ ਲੱਗੂਗਾ 87-88% ਲੋਕ ਬਾਣੀ ਪੜ੍ਹਨ ਨੂੰ ਹਟ ਗਏ ਨੇ ਸੱਚਮੁੱਚ ਹੀ ਨਹੀਂ ਪੜ੍ਹਦੇ ਜੇ ਕੋਈ ਪੜ੍ਹਦਾ ਹੈ ਤੇ ਉਹਦੀ ਵਿਚਾਰ ਨਹੀਂ ਕਰਦਾ ਆਖੋ ਵਾਹਿਗੁਰੂ ਜੇ ਕੋਈ ਤੇ ਉਹਦੀ ਕੀ ਕਹਿੰਦੀ ਬਾਣੀ ਬਾਣੀ ਕਹਿੰਦੀ ਝੂਠ ਨਹੀਂ ਬੋਲਣਾ ਇਹ ਕਹਿੰਦੀ ਪੜ੍ਹੀ ਦਾ ਕੀ ਫਾਇਦਾ ਪੜ੍ਹੀ ਦਾ ਤੁਸੀਂ ਟੋਫੀ ਮੂੰਹ ਦੇ ਵਿੱਚ ਪਾਈ ਤੇ ਟੋਫੀ ਪਾਈ ਦਾ ਮੂੰਹ ਦਾ ਕੀ ਫਾਇਦਾ ਜੇ ਮਿੱਠਾ ਉਹਦਾ ਅੰਦਰ ਨਹੀਂ ਖੜਨਾ ਤੇ ਕਾਹਦੇ ਲਈ ਪਾਈ ਜੇ ਬਾਣੀ ਕਾਹਦੇ ਲਈ ਪੜ੍ਹੀ ਜੇ ਉਹਦਾ ਅਰਥ ਬੋਧ ਆਪਣੇ ਅੰਦਰ ਨਹੀਂ ਖੜਨਾ ਬਾਣੀ ਦਾ ਕਹਿਣਾ ਨਹੀਂ ਮੰਨਣਾ ਮਿੱਥਿਆ ਨਾ ਹੀ ਇਸ ਰਸਨਾ ਨੂੰ ਝੂਠ ਲੱਗਣ ਵੀ ਨਹੀਂ ਦੇਣਾ ਪਰ ਤੇਰੇ ਰੂਪ ਸਾਰਾ ਸੰਸਾਰ ਇਸੇ ਗੰਧ ਚ ਫਸਿਆ ਕਿਸੇ ਦੀ ਧੀ ਸਾਂਭ ਲੱਗੋ ਦੀ ਲੰਘੇ ਅੱਖਾਂ ਪੜ ਪੜ ਵਹਿੰਦੇ ਦਾੜੀਆਂ ਵਾਲੇ ਵੀ ਵਹਿੰਦੇ ਆਖੋ ਵਾਹਿਗੁਰੂ ਕਿੱਥੇ ਲਿਖਾ ਦੇਗਾ ਜੇ ਸਿੱਖ ਹਾਂ ਤੇ ਤੈਨੂੰ ਤੇ ਤੇਰੇ ਗੁਰੂ ਨੇ ਉਪਦੇਸ਼ ਦਿੱਤਾ ਵਿਚਾਰ ਕਰਕੇ ਵੇਖ ਪਰ ਤੇਰੇ ਆ ਪਰ ਤੇਰੇ ਦਾ ਮਤਲਬ ਪਰਾਈ ਇਸਤਰੀ ਨਾ ਪੇਖੇ ਨੇਤਰ ਇਹਨਾਂ ਅੱਖਾਂ ਨਾਲ ਕਿਸੇ ਦੀ ਧੀ ਦਾ ਸਰੂਪ ਨਹੀਂ ਵੇਖਣਾ ਕਰਨ ਨਾ ਸੁਣੇ ਕਾਹੂ ਕਿ ਨਿੰਦਾ ਕੋਈ ਵਿਚਾਰ ਕੀਤੀ ਹੋ ਕੋਈ ਇਹਦੇ ਕੋਲ ਸਿੱਖਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕੌਮ ਦੀ ਹਾਲਤ ਵੇਖ ਕੇ ਭਾਈ ਸਾਹਿਬ ਕਹਿੰਦੇ ਖਾਲਸਾ ਜੀ ਜਸਵੀਰ ਸਿੰਘ ਸੱਜਣਾ ਮੈਂ ਜਿਹਦੇ ਘਰ ਰਾਤ ਜਾ ਕੇ ਕੱਟਦਾ ਬੰਬੇ ਕੱਟਾਂ ਦਿੱਲੀ ਕੱਟਾਂ ਜਬਲਪੁਰ ਕੱਟਾਂ ਭੋਪਾਲ ਕੱਟਾਂ ਜਿਹਦੇ ਘਰ ਰਾਤ ਕੱਟਣ ਨੂੰ ਟਾਈਮ ਮਿਲਦਾ ਹੈ ਜਿਹਨੂੰ ਪੁੱਛੀਦਾ ਪੁੱਤ ਅੰਮ੍ਰਿਤ ਛਕਿਆ ਕਹਿੰਦੇ ਹਾਂਜੀ ਛਕਿਆ ਨਿਤਨੇਮ ਕਰਦੇ ਹੋ ਕਹਿੰਦੇ ਨਹੀਂ ਗੁਰੂ ਪੰਥ ਦੇ ਦੁਖੀਆਂ ਗੁਰੂ ਪੰਥ ਦੇ ਪਿਆਰ ਕਰਨ ਵਾਲਿਆਂ ਨੂੰ ਬਿਮਾਰੀ ਮਿੱਠੇ ਦੀ ਨਹੀਂ ਬਿਮਾਰੀ ਪੰਥ ਦੀ ਆ ਸਿੱਖਾ ਤੂੰ ਵੀ ਸੋਚਿਆ ਕਰ ਆਪਣੇ ਪੰਥ ਬਾਰੇ ਦਿਹਾੜੀ ਦੇ ਵਿੱਚ ਕਿਸੇ ਇੱਕ ਬੱਚੇ ਨੂੰ ਕੋਲ ਵਾ ਕੇ ਖਿਲਾਰ ਕੇ ਉਹਨੂੰ ਕਿਹਾ ਕਰ ਪੁੱਤ ਨਿਤਨੇਮ ਕਰਿਆ ਕਰੋ ਜੇ ਤੂੰ ਆਪ ਹੀ ਨਹੀਂ ਕਰਦਾ ਕਿਹਨੂੰ ਕਹੇਗਾ ਬੋਲੋ ਜੀ ਮੈਂ ਕੀ ਕਿਹਾ ਜੇ ਤੂੰ ਕਿਹਨੂੰ ਸਮਝਾਏਗਾ ਜਦੋਂ ਮੈਂ ਵੇਖਦਾ ਚਾਰ ਚਫੇਰੇ ਵੀ ਉਹ ਹਰਨੀ ਵਾਂਗੂ ਕੌਮ ਅੱਜ ਬੋਲੋ ਜੀ ਘਿਰ ਗਈ ਤੇ ਉਹਨੇ ਕਿੱਧਰ ਨੂੰ ਮੂੰਹ ਕੀਤਾ ਸੀ ਤੂੰ ਵੀ ਕਰਨਾ ਇਹਦੇ ਵੱਲ ਮੂੰਹ ਕਰ ਗੁਰੂ ਗ੍ਰੰਥ ਸਾਹਿਬ ਵੱਲ ਸੱਚਮੁੱਚੀ ਜਿਸ ਤਰ੍ਹਾਂ ਹਰਜੀ ਰੋਈ ਸੀ ਨਾ ਰੱਖ ਲਿਓ ਪਤ ਮੇਰੀ ਹਰਜੂ ਰੱਖ ਲਿਓ ਪਤ ਮੇਰੀ ਜਾਣ ਆਪਣਾ ਮੁਝੇ ਨਿਵਾਜ ਜਾਣ ਆਪਣਾ ਮੁਝੇ ਨਿਵਾਜ ਜਾਣ ਆਪ ਕਰੋ ਹਮਰੇ ਸਭ ਕਾਜ ਆਪ ਕਰੋ ਹਮਰੇ ਸਭ ਕਾਜ ਆਪ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਸਭ ਰਾਜਨ
ਹਰਨੀ ਨੇ ਤਾਨ ਮੂੰਹ ਕਰਕੇ ਪੁਕਾਰ ਕੀਤੀ, ਸੁਣਨ ਵਾਲੇ ਨੇ ਸੁਣ ਲਈ। ਐਸੀ ਤੇਜ ਹਨੇਰੀ ਵਗੀ, ਜਾਲ ਉੱਡ ਗਿਆ। ਐਸੀ ਤੇਜ ਵਰਖਾ ਹੋਈ, ਜਿਹੜੇ ਪਾਸੇ ਅੱਗ ਲੱਗੀ ਸੀ ਉਹ ਅੱਗ ਬੁਝ ਗਈ। ਸ਼ਿਕਾਰੀ ਦੇ ਹੱਥੋਂ ਤੀਰ ਚੱਲ ਗਿਆ, ਉਹ ਤੀਰ ਕੁੱਤੇ ਦੀ ਸ਼ਾਹ ਰਾਗ ਚੋਂ ਦੀ ਲੰਘ ਗਿਆ। ਤਿੰਨ ਪਾਸੇ ਖਾਲੀ ਕਰ ਲੈ, ਜਿੱਥੇ ਸ਼ਿਕਾਰੀ ਖਲੋਤਾ ਸੀ ਉਹਦੇ ਪੈਰ ਨੂੰ ਸੱਪ ਨੇ ਆਣ ਕੇ ਡੰਗਿਆ, ਸ਼ਿਕਾਰੀ ਮਰ ਗਿਆ। ਚਾਰੇ ਦਿਸ਼ਾ ਤੋਂ ਖਲਾਸੀ ਕਰਤੀ ਹਰਨੀ ਦੀ ਸਿੱਖਾ, ਤੂੰ ਵੀ ਅਰਦਾਸ ਕਰ ਗੁਰੂ ਅੱਗੇ, ਤੂੰ ਵੀ ਗੁਰੂ ਅੱਗੇ। ਅਗਲਾ ਪਤਾ, ਮਨ ਮੇਰੇ ਕਹੋ ਹਰ ਨਾਮ ਕਾ ਓਲਾ, ਉਹਦੇ ਓਲੇ ਚ ਜੀ ਉਤਰ ਜਾਏ ਤੇਰੇ ਮਨ ਕੀ ਪਿਆਸ, ਬੋਲੋ ਪੂਰਨ ਹੋਵੇ ਸਗਲੀ ਆਸ, ਪੂਰਨ ਮਹਾਰਾਜ ਮੇਰੀ ਪਿਆਸ ਲੱਜੈ, ਸਾਰੀਆਂ ਆਸਾਂ ਪੂਰੀਆਂ ਹੋ ਜਾਣ, ਮੈਨੂੰ ਕਰਨਾ ਕੀ ਪਊ। ਮਨ ਮੇਰੇ ਗਹੋ, ਮੇਰੇ ਮਨਾ ਨਾਮ ਦੇ ਆਸਰੇ ਚ ਰਿਹਾ ਕਰ, ਤੇਰੀ ਪਿਆਸ ਬੁੱਝੂ, ਤੇਰੀਆਂ ਆਸਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ। ਡੋਲੇ ਨਾਈ ਤੁਮਰਾ ਚੀਤ, ਤੇਰਾ ਚਿੱਤ ਕਦੀ ਕੀ ਕਰਿਆ ਕਰਾਂ। ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਅੰਮ੍ਰਿਤ ਨਾਮ ਜਪ ਮੇਰਿਆ ਗੁਰਮੁਖ ਮਿੱਤਰਾ, ਗੁਰੂ ਦੀ ਮੱਤ ਲਿਖ ਕੇ ਵਾਹਿਗੁਰੂ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਦੋ ਪਦੇ ਰਹਿ ਗਏ ਨੇ, ਕੱਲ ਨੂੰ ਸੰਪੂਰਨਤਾ ਹੋ ਜੂਗੀ ਇਸ ਸ਼ਬਦ ਦੀ। ਮਨ ਮੇਰੇ ਗਹੋ, ਇਹ ਸ਼ਬਦ ਆਰੰਭ ਆ। ਕੱਲ ਦੁਪਹਿਰੇ 12 ਤੋਂ 1 ਵਜੇ ਦਾ ਟਾਈਮ ਹੈ, ਜਿਨ੍ਹਾਂ ਜਿਨ੍ਹਾਂ ਨੂੰ ਜਿਨ ਕੋ ਲੱਗੀ, ਜੇ ਤੁਹਾਨੂੰ ਸ਼ਬਦ ਦੀ ਪਿਆਸ ਲੱਗੀ ਆ, ਸਮੇਂ ਸਿਰ ਆਣ ਕੇ ਚੌਂਕੜਾ ਮਾਰਨਾ, ਅਗਲੇ ਵਚਨ ਸਰਵਣ ਕਰਨੇ ਜੀ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ। ਭਾਈ ਹੱਥ ਜੋੜ ਕੇ ਬੇਨਤੀ ਹੈ, ਨਸ਼ਿਆਂ ਤੋਂ ਬਚੋ, ਚੰਗਾ ਦੁੱਧ ਪੀਓ, ਫਰੂਟ ਖਾਓ, ਤੁਹਾਡੀ ਸਿਹਤ ਚੰਗੀ ਹੋਊਗੀ, ਤੁਸੀਂ ਪੰਥ ਦੇ ਪੁੱਤਰ ਬਣੋਗੇ, ਪੰਥ ਦੇ ਸੋਹਣੇ ਸਰਦਾਰ ਬਾਬਾ ਅਜੀਤ ਸਿੰਘ ਸਾਹਿਬ ਦੇ ਭਰਾ ਬਣੋਗੇ, ਜੁਝਾਰ ਸਿੰਘ ਦੇ ਭਰਾ ਬਣੋਗੇ। ਨਸ਼ਾ ਕਰਨ ਵਾਲਾ ਬਾਬਾ ਅਜੀਤ ਸਿੰਘ ਦਾ ਭਰਾ ਨਹੀਂ ਹੋ ਸਕਦਾ। ਚੁਗਲੀ ਨਿੰਦਾ ਕਰਨ ਵਾਲਾ, ਕਿਰਦਾਰ ਤੋਂ ਗਿਰਿਆ ਬਾਬਾ ਫਤਿਹ ਸਿੰਘ ਸਾਹਿਬ ਦਾ ਭਰਾ ਨਹੀਂ ਹੋ ਸਕਦਾ। ਚੰਗੇ ਬਣੋ ਤਾਂ ਕਿ ਤੁਸੀਂ ਕਹਿ ਸਕੋ, ਗੁਰੂ ਗੋਬਿੰਦ ਸਿੰਘ ਸਾਹਿਬ ਜਿਤਨਾ ਤੁਹਾਡੇ 4 ਪੁੱਤਰ ਸੀ, ਮੈਂ ਵੀ ਤੁਹਾਡਾ ਪੁੱਤਰ ਹਾਂ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ। ਬੱਚੀਆਂ ਮੇਰੀਆਂ ਜਿਹੜੀਆਂ ਪੜ੍ਹਨ ਆਈਆਂ, ਇਹਨਾਂ ਦੇ ਸਿਰ ਤੇ ਹੱਥ, ਬੱਚੇ ਜਿਹੜੇ ਪੜ੍ਹਨ ਆਏ ਨੇ, ਇਹਨਾਂ ਸਾਰਿਆਂ ਦੇ ਸਿਰ ਤੇ ਮੇਰਾ ਕਲਗੀਧਰ ਪਾਤਸ਼ਾਹ ਹੱਥ ਰੱਖੇ, ਸਫਲਤਾ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ।